ਤੁਹਾਡੇ ਤੇ ਸਵਾਲ ਇਹ ਉੱਠਦਾ ਪਿਆ ਕਿ ਤੁਸੀਂ ਸਿਆਸੀ ਲੀਡਰਾਂ ਨੂੰ ਆਪਦੇ ਕੋਲ ਸੱਦ ਕੇ ਕਿਸਾਨ ਅੰਦੋਲਨਾਂ ਦਾ ਕਦ ਨਹੀਂ ਮਾਤਾ। ਤੁਹਾਨੂੰ ਲੱਗਦਾ ਗਵਰਨਰ ਰੂਲ ਲਖਨਊ ਦਾ ਪਜਾਓ। ਸਿਆਸੀ ਲੀਡਰ ਤੁਹਾਡੇ ਕੋਲ ਆ ਕੇ ਕਹਿੰਦੇ ਵਾਰ-ਵਾਰ। ਅਸੀਂ ਬਿਲਕੁਲ ਨਹੀਂ ਕਹਿੰਦੇ ਨਾਲ ਲੱਗਣਾ ਇਹ। ਇਹ ਡਰਾਮਾ ਹੈ। ਇਹ ਡਰਾਮਾ ਜਿਹੜੀ ਗੱਡੀ ਇਹ ਡਰਾਮਾ ਇਹ ਕੇਵਲ ਅਕਾਲੀ ਤੇ ਕਾਂਗਰਸ। ਤੁਸੀਂ ਯੂਪੀ ਵਿੱਚ ਕਿਉਂ ਨਹੀਂ ਕਰ? ਉੱਤਰਾਖੰਡ ਵਿੱਚ ਕਿਉਂ ਨਹੀਂ ਕਰ? ਉੱਥੇ ਕਿਉਂ ਨਹੀਂ ਸੱਸੀ ਰੈਲੀਆਂ ਨੂੰ ਰੋਕਦੇ ਤੁਸੀਂ? ਲਖਨਊ ਮੀਟਿੰਗ ਕਰਕੇ ਜੇ ਕੱਲ ਪਰਸੋਂ ਦੀ ਸਾਰਾ ਪ੍ਰੋਗਰਾਮ ਉੱਥੇ ਦਾ ਪੂਰਾ ਅਗਲੀ ਕੀ ਦਿੱਤਾ ਗਿਆ ਯੂਪੀ ਮਿਸ਼ਨ లైక్ ప్రోగ్రామ్ ਹੈ ਜਿਹੜਾ ਕੰਟੀਨਿਊ ਚੱਲੇਗਾ ਯੂਪੀ ਦੇ ਲੋਕਾਂ ਨੂੰ ਵੇਅਰ ਕਰਨ ਦੇ ਲਈ ਅੰਗੂ ਸਰ ਕਿਹੜੀ ਗੱਲ ਉੱਥੇ ਕਹਿਤੀ ਸੀ ਤੁਸੀਂ ਸਰਕਾਰ ਤਾਂ ਨਾਰਾਜ਼ ਹੋ ਗਈ 22 ਜਨਵਰੀ ਤੋਂ ਬਾਅਦ ਗੱਲਬਾਤ ਹੀ ਨਹੀਂ ਕੀਤੀ ਚਿੱਠੀਆਂ ਵੀ ਤੁਸੀਂ ਲਿਖੀਆਂ ਕੋਈ ਜਵਾਬ ਤਿੰਨ ਚਾਰ ਮੀਟਿੰਗਸ ਤੋਂ ਬਾਅਦ ਸਰਕਾਰ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਕਿਸਾਨਾਂ ਨੂੰ ਕਾਨੂੰਨ ਪੜੇ ਹੈ ਬਾ ਉੱਥੇ ਅਸੀਂ ਕਿਹਾ ਕਿ ਤੁਸੀਂ ਇਹ ਨਾ ਸਮਝੋ ਵੀ ਕਿ ਨਾ ਕਿਸਾਨਾਂ ਦੇ ਅੰਦਰ ਜੀ ਫੈਡਰਲਿਜ਼ਮ ਵਾਲਾ ਸਵਾਲ ਕੀਤਾ ਇਸ ਤਰ੍ਹਾਂ ਕਿ ਸਰਕਾਰ ਨਾਰਾਜ਼ ਫੈਡਰਲਿਜ਼ਮ ਵਾਲਾ ਕੀਤਾ ਕਿਉਂਕਿ ਉਹ ਕਨਸਟੀਚਿਊਸ਼ਨ ਦੇ ਸਵਾਲ ਤੇ ਨਾਰਾਜ਼ ਸੀ ਇਸ ਤੇ ਬਾਰ ਬਾਰ ਸਾਨੂੰ ਕਹਿੰਦੇ ਸੀ ਉਹ ਕਿ ਵੰਗੂ ਤੋਂ ਹਾਈ ਕੋਰਟ ਦਾ ਵਕੀਲ ਹੈ ਆਪ ਸਮ ਸੁਪਰੀਮ ਕੋਰਟ ਮੇ ਰਿਟ ਕਰ ਦੋ ਉੱਥੋਂ ਜਾ ਕੇ ਇਸ ਨੂੰ ਸੈਟ ਸਾਈਡ ਕਰਾ ਲਓ ਅਸੀਂ ਕਹਿੰਦੇ ਨਹੀਂ ਸੁਪਰੀਮ ਕੋਰਟ ਨੇ ਕਾਨੂੰਨ ਨਹੀਂ ਬਣਾਇਆ ਇਹ ਕਾਨੂੰਨ ਬੀਜੇਪੀ ਸਰਕਾਰ ਨੇ ਬਣਾਇਆ ਪਾਰਲੀਮੈਂਟ ਨਾਲ ਨਹੀਂ ਸੁਪਰੀਮ ਕੋਰਟ ਸੂ ਮੋਟਰ ਨਹੀਂ ਲੈ ਸਕਦਾ ਇਸ ਮੁੱਦੇ ਤੇ ਸੂ ਮੋਟਰ ਲੈ ਸਕਦਾ ਸੁਪਰੀਮ ਕੋਰਟ ਸਭ ਤੋਂ ਵੱਡੀ ਅਦਾਲਤ ਹੈ ਜਦੋਂ ਸੁਪਰੀਮ ਕੋਰਟ ਨੂੰ ਇਹ ਪਤਾ ਹੈ ਵੀ ਇਹ ਕਾਨੂੰਨ ਅਨਕਨਸਟੀਟਿਊਸ਼ਨ ਜੇ ਉਹਨਾਂ ਨੂੰ ਇਹ ਪਤਾ ਹੈ ਤੋਂ ਸੂ ਮੋਟਰ ਨੂੰ ਸੈਟ ਸੈੜ ਵੀ ਕਰ ਸਕਦੇ ਆ। ਜਾਸਦੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਵਿਊ ਪੁਆਇੰਟ ਤੇ ਤੁਹਾਡਾ ਸਭ ਦਾ ਸਵਾਗਤ ਕਰਦਾ। ਕਿਸਾਨਾਂ ਦੀ ਕਚੈਰੀ ਕਹਿ ਲਓ, ਆਂਧਾਤਾ ਦੀ ਅਦਾਲਤ ਕਹਿ ਲਓ ਉੱਥੇ ਲੀਡਰਾਂ ਦੀ ਪੇਸ਼ੀ ਹੋਈ। ਉਸ ਪੇਸ਼ੀ ਦੇ ਵਿਚਾਲੇ ਇਹਨਾਂ ਸਿਆਸੀ ਧਿਰਾਂ ਨੇ ਕੀ ਫੈਸਲੇ ਕੀਤੇ ਇਹ ਮਹੱਤਵਪੂਰਨ ਨਹੀਂ ਹੈ। ਮਹੱਤਵਪੂਰਨ ਇਹ ਹੈ ਕਿ ਕਿਸਾਨਾਂ ਨੇ ਇਹ ਸਿਆਸੀ ਲੀਡਰ ਸੱਦੇ ਕਿਉਂ ਹੈ। ਤੇ ਸੱਦੇ ਤੇ ਉਹਨਾਂ ਤੇ ਫੈਸਲੇ ਥੋਪੇ ਕੇ ਜਾਂ ਉਹਨਾਂ ਦੇ ਵਿਚਾਰ ਨਾਲ ਫੈਸਲੇ ਹੋਏ ਆ ਸਵਾਲ ਵੀ ਹੋਣਾ ਚਾਹੀਦਾ ਹੈ ਇਸੇ ਸਾਰੇ ਮੁੱਦੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਬਹੁਤ ਹੀ ਖਾਸ ਮਹਿਮਾਨ ਮੌਜੂਦ ਹਨ ਕਿ ਐਡਵੋਕੇਟ ਪ੍ਰੇਮ ਸਿੰਘ ਪੰਕੂ ਜਿਹੜੇ ਕਿ 35 ਸਾਲਾਂ ਤੋਂ ਤਕਰੀਬਨ ਵਕਾਲਤ ਵਿੱਚ ਨੇ ਸਟੂਡੈਂਟ ਪੋਲਿਟਿਕਸ ਤੋਂ ਇਹ ਸ਼ੁਰੂ ਹੁੰਦੇ ਆ ਤੇ ਤਕਰੀਬਨ 50 ਸਾਲ ਸਿਆਸਤ ਦੇ ਵਿੱਚ ਤੇ ਨਾਲ ਕਿਸਾਨੀ ਸੰਘਰਸ਼ ਦੇ ਵਿੱਚ ਜੁੜਦੇ ਆ ਕਿਸਾਨੀ ਸੰਘਰਸ਼ ਦੇ ਵਿੱਚ ਇਹਨਾਂ ਦੀ ਫੈਡਰੇਸ਼ਨ 7 ਸਾਲ ਪਹਿਲਾਂ ਹੋਂਦ ਵਿੱਚ ਆਈ ਹੈ ਤੇ ਐਡਵੋਕੇਟ ਪ੍ਰੇਮ ਸਿੰਘ ਪੰਕੂ ਸਾਡੇ ਨਾਲ ਮੌਜੂਦ ਆ ਸਪੂਤ ਕਿਸਾਨ ਮੋਰਚੇ ਦੇ ਬਹੁਤ ਹੀ ਐਮ ਆਕੂ ਤੇ ਸਿੱਧਾ-ਸਿੱਧਾ ਕੇਂਦਰੀ ਮੰਤਰੀਆਂ ਨਾਲ ਪੰਗੇ ਲੈਣ ਵਾਲੇ ਆਖੋ ਪੰਗੂ ਸਾਹਿਬ ਬਹੁਤ ਸਵਾਗਤ ਹੈ ਸਰ ਤੁਹਾਡਾ ਬਹੁਤ ਧੰਨਵਾਦ ਜੀ ਪੰਗੂ ਸਾਹਿਬ ਤੁਹਾਡੇ ਤੇ ਸਵਾਲ ਇਹ ਉੱਠਦਾ ਪਿਆ ਕਿ ਤੁਸੀਂ ਸਿਆਸੀ ਲੀਡਰਾਂ ਨੂੰ ਆਪ ਦੇ ਕੁਲ ਸੱਦ ਕੇ ਕਿਸਾਨ ਅੰਦੋਲਨਾਂ ਦਾ ਕਦਮ ਨੀਵਾ ਕਰ ਦਿੱਤਾ ਵੀ ਜੀ ਇਸ ਤਰ੍ਹਾਂ ਹੈ ਵੀ ਕਿਸਾਨ ਅੰਦੋਲਨ ਇੱਕ ਬਿਲਕੁਲ ਅਲੱਗ ਕਿਸਮ ਦਾ ਅੰਦੋਲਨ ਹੈ ਜਿਸ ਨੇ ਬੜੀ ਧੀਰ ਬਾਅਦ ਕਿਸਾਨਾਂ ਦੀਆਂ ਉਹ ਮੁਸ਼ਕਲਾਂ ਉਹ ਮਸਲੇ ਜਿਹੜੇ ਬਹੁਤ ਸਾਲਾਂ ਤੋਂ ਦਬੇ ਪਏ ਸੀ ਇਹ ਇੱਕਦਮ ਅੰਦੋਲਨ ਨੇ ਬਣਿਆ ਇਸ ਅੰਦੋਲਨ ਨੇ ਕਿਸਾਨ ਜਥੇਬੰਦੀਆਂ ਨੂੰ ਬਹੁਤ ਲੰਮਾ ਸੰਘਰਸ਼ ਕਰਨਾ ਪਿਆ ਬੜੇ ਕਾਫੀ ਸਾਲਾਂ ਤੋਂ ਅਸੀਂ ਅਲੱਗ-ਅਲੱਗ ਜਥੇਬੰਦੀਆਂ ਕਦੇ ਛੋਟਾ ਫਰੰਟ ਕਦੇ ਵੱਡਾ ਫਰੰਟ ਇੰਨੇ ਦੇਰ ਬਾਅਦ ਅਸੀਂ ਸਫਲ ਹੋਏ ਹਾਂ ਕਿ ਖੇਤੀਬਾੜੀ ਸੰਕਟ ਕੀ ਹੈ ਖੇਤੀਬਾੜੀ ਸੰਕਟ ਨੂੰ ਹਲਕੀ ਤਰ੍ਹਾਂ ਕੀਤਾ ਜਾ ਸਕਦਾ ਹੈ ਔਰ ਜਦੋਂ ਸਰਕਾਰ ਨੇ ਖੇਤੀ ਖਿਲਾਫ ਕਾਨੂੰਨ ਬਣਾਏ ਤਾਂ ਉਦੋਂ ਉਸ ਨੇ ਮਜਬੂਰ ਕੀਤਾ ਇਹਨਾਂ ਸਾਰੇ ਜਥੇਬੰਦੀਆਂ ਨੂੰ ਜੋ ਅਲੱਗ ਅਲੱਗ ਵਿਚਾਰਾਂ ਦੀਆਂ ਸਨ ਅਲੱਗ ਅਲੱਗ ਪਾਰਟੀਆਂ ਨਾਲ ਸੰਬੰਧਿਤ ਸਨ ਉਹਨਾਂ ਨੂੰ ਲੋਕਾਂ ਦਾ ਪ੍ਰੈਸ਼ਰ ਖੇਤੀਬਾੜੀ ਸੰਕਟ ਦਾ ਜਿਹੜਾ ਗੰਭੀਰ ਹੋਣਾ ਡੂੰਘਾ ਹੋਣਾ ਉਸ ਨੇ ਮਜਬੂਰ ਕੀਤਾ ਇੱਕ ਪਲੇਟਫਾਰਮ ਤੇ ਲਿਆਉਣ ਲਈ ਤੁਹਾਡੇ ਇਸ ਦਾਅਵੇ ਤੋਂ ਕੋਈ ਮੁਨਕਰ ਨਹੀਂ ਹੈ ਭੰਗੂ ਜੀ ਇਹ 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 ਉੱਥੋਂ origines ਦਾ ਹੋਇਆ ਨਹੀਂ ਪਰ ਸਵਾਲ ਹੈ ਭੰਗੂ ਸਾਹਿਬ ਤੁਸੀਂ ਸਿਆਸੀ ਜਿਹੜਾ ਅਨੁਸਾਰ ਕੇ ਉਹਨਾਂ ਤੇ ਆਪ ਦਾ ਫੈਸਲਾ ਥੋਪ ਦਿੱਤਾ ਤੇ ਡੇਰ ਡੈਮੋਕਰੈटिक ਪ੍ਰੋਸੈਸ ਹੈਗਾ ਉਸ ਨੂੰ ਕਮਜ਼ੋਰ ਕੀਤਾ ਤੁਹਾਡੇ ਤੇ ਸਵਾਲੇ ਉੱਠਦੇ ਪਏ ਨਾ ਤਾਂ ਦੇਖੋ ਜੀ ਫੈਸਲਾ ਠੋਸਿਆ ਨਾ ਤੇ ਇਹ ਵੀ ਇੱਕ ਡੈਮੋਕਰੈटिक ਪ੍ਰੋਸੈਸ ਹੈ ਦੇਖੋ ਬੜੀ ਦੇਰ ਤੋਂ ਪੰਜਾਬ ਦੇ ਵਿੱਚ ਇਹ ਹੋ ਰਿਹਾ ਸੀ ਵੀ ਕਿਤੇ ਨਾ ਕਿਤੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਅਜੇ ਇਲੈਕਸ਼ਨਾਂ ਬੜੀਆਂ ਦੂਰ ਨੇ 2017 ਫਰਵਰੀ ਦੇ ਇਲੈਕਸ਼ਨ ਹੋਈ ਤੇ 2022 ਫਰਵਰੀ ਚ ਇਲੈਕਸ਼ਨ ਹੋਣੀ ਹੈ ਰਾਜਨੀਤਿਕ ਪਾਰਟੀਆਂ ਨੇ 10 ਮਹੀਨੇ ਪਹਿਲਾਂ ਇਲੈਕਸ਼ਨ ਕੰਪੇਨ ਸ਼ੁਰੂ ਕਰ ਦਿੱਤੀ ਇਲੈਕਸ਼ਨ ਕੰਪੇਨ ਨਹੀਂ ਦਾ 2021 ਦੰਦੇ ਹੁੰਦੇ ਨਾ ਕੇ ਪੀ ਜੀ 2021 ਦੰਦੇ ਵਿੱਚ ਕਰੋੜਾਂ ਰੁਪਏ ਫੰਡ ਲੱਗਦਾ ਕੋਈ ਕੈਂਡੀਡੇਟ ਇਲੈਕਸ਼ਨ ਕੰਪੇਨ ਵੀ ਨਹੀਂ ਕਰ ਪੰਦਾ ਹੈ ਪੂਰੀ ਇਸ ਦੀ 10 ਮਹੀਨੇ ਪਹਿਲਾਂ ਕੰਪੇਨਿੰਗ ਦੇ ਵਿੱਚ ਚਲੇ ਜਾਣਾ ਇਹਦਾ ਮੈਨਾ ਇਹ ਸੀ ਵੀ ਕਿਸਾਨ ਅੰਦੋਲਨ ਹੈ ਇੰਨੀ ਸਖਤ ਮਿਹਨਤ ਕਰਕੇ ਆਗੂ ਹਨ ਲੋਕਾਂ ਦਾ ਸੀ ਇੱਕ ਕੀਤਾ ਭਾਈਚਾਰਕ ਸਾਂਝ ਬਣਾਈ ਧੜੇ ਬੰਦੇ ਘਟਾਈ ਕਿਸਾਨ ਸੀ ਮਜ਼ਦੂਰ ਸੀ ਨੌਜਵਾਨੀ ਸਾਰੇ ਇੱਕ ਪਲੇਟਫਾਰਮ ਤੇ ਆਏ ਤੁਸੀਂ ਰਾਜਨੀਤਿਕ ਪਾਰਟੀਆਂ ਜੇ ਪੰਜਾਬ ਦੇ ਮਾਹੌਲ ਨੂੰ ਇੰਨੀ ਦੇਰ ਪਹਿਲਾਂ ਇਲੈਕਸ਼ਨ ਕੰਪੇਨ ਸ਼ੁਰੂ ਕਰਕੇ ਤਾਂ ਫਿਰ ਕੋਈ ਅਕਾਲੀ ਹੋਊਗਾ ਕੋਈ ਕਾਂਗਰਸੀ ਹੋ ਜਾਊਗਾ ਕੋਈ ਕਮਿਊਨਿਸਟ ਹੋਣਗੇ ਲੋਕ ਜਿਹੜੇ ਧੜੇਬੰਦੀ ਤੋਂ ਬਾਹਰ ਆਏ ਸੀ ਇੱਕ ਟਾਰਗੇਟ ਬਣਾਇਆ ਸੀ ਬੀਜੇਪੀ ਸਰਕਾਰ ਨੂੰ ਕਾਰਪੋਰੇਟ ਸੈਕਟਰ ਨੂੰ ਜਿਹਨਾਂ ਹਮਲਾ ਕੀਤਾ ਖੇਤੀਬੜੀ ਤੇ ਫਿਰ ਕਿਸੇ ਨਾ ਕਿਸੇ ਤਰ੍ਹਾਂ ਬੇਲ ਆਊਟ ਹੁੰਦਾ ਲੋਕਾਂ ਨੂੰ ਧੜੇ ਬੰਦੀ ਪੈਦਾ ਹੁੰਦੀ ਨਹੀਂ ਇਹਦਾ ਮਤਲਬ ਤੇ ਵੀ ਨਿਕਲਦਾ ਭੰਗੂ ਸਾਹਿਬ ਦਾ ਮਤਲਬ ਭੰਗੂ ਸਾਹਿਬ ਦਾ ਮਤਲਬ ਤੇ ਇਹ ਵੀ ਨਿਕਲਦਾ ਕਿ ਤੁਸੀਂ ਆਪਦੇ ਲੋਕਾਂ ਨੂੰ ਮਜ਼ਬੂਤ ਨਹੀਂ ਕਰ ਸਕੇ ਉਹਨਾਂ ਨੂੰ ਦੱਸ ਨਹੀਂ ਸਕੇ ਕਿ ਏਜੰਡਾ ਕੀ ਹੈ ਇਹਨਾਂ ਅੱਗੇ ਸਵਾਲ ਕਿਹੜੇ ਰੱਖਣੇ ਆ ਇਹਦਾ ਮਤਲਬ ਤੇ ਇਹ ਵੀ ਨਿਕਲਦਾ ਤਾਂ ਹੀ ਤੁਸੀਂ ਸਿਆਸਤਦਾਨਾਂ ਨੂੰ ਰੋਕ ਰਹੇ ਨਹੀਂ ਅਸੀਂ ਸਿਆਸਤਦਾਨਾਂ ਨੂੰ ਰੋਕਿਆ ਨਹੀਂ ਸਿਆਸਤਦਾਨਾਂ ਨੂੰ ਇਹ ਕਿਹਾ ਵੀ ਤੁਸੀਂ ਇਲੈਕਸ਼ਨ ਮੋਰ ਦੇ ਵਿੱਚ ਨਾ ਲੋਕਾਂ ਨੂੰ ਜਾਣ ਦਿਓ ਅਜੇ ਅਹਿਮਿਤ ਕਿਸ ਚੀਜ਼ ਦੀ ਹੈ ਅਹਿਮ ਹੈ ਮੋਰਚਾ ਅਹਿਮ ਨੇ ਖੇਤੀ ਕਾਨੂੰਨ ਐਮ ਐਸ ਪੀ ਦੇ ਕਾਨੂੰਨ ਜਿਹੜੀ ਪਬਲਿਕ ਸਰੀ ਲੜ ਰਹੀ ਹੈ ਦੇਸ ਵਿਦੇਸ਼ ਸਾਰਾ ਲੜ ਰਿਹਾ ਹੈ ਜੇ ਤੁਸੀਂ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਲੈ ਕੇ ਜਾਓਗੇ ਇੰਨੀ ਦੇਰ ਪਹਿਲਾਂ ਤਾਂ ਲੋਕ ਨਾ ਟਰੰਪ ਤੇ ਸੋਚਣਾ ਸ਼ੁਰੂ ਕਰਨਗੇ ਫਿਰ ਤਾਂ ਤੁਸੀਂ ਕਿਤੇ ਨਾ ਕਿਤੇ ਮੋਰਚੇ ਨੂੰ ਕਮਜ਼ੋਰ ਕਰੋਗੇ ਉਹਨਾਂ 'ਚ ਡਿਵੀਜ਼ਨ ਕ੍ਰੀਏਟ ਕਰੋਗੇ ਔਰ ਇਸ ਨਾਲ ਵੀ ਅਸ਼ਾਂਤੀ ਵੀ ਆਏ ਕਿਸਮ ਦੀ ਤਾਂ ਹੀ ਕਰਨ ਉਹ ਇਹ ਵੀ ਜਦੋਂ ਇਹ ਗਏ ਤਾਂ ਕੁਝ ਘਟਨਾਵਾਂ ਹੋਈਆਂ ਅਸੀਂ ਸਪੱਸ਼ਟ ਲਾਈਨ ਲਈ ਸੀ ਵੀ ਲੋਕ ਨੇ ਜਿਹੜੇ ਉਹ ਭਾਜਪਾ ਦਾ ਸਪੱਸ਼ਟ ਬਾਈਕਾਟ ਕਰਨ ਭਾਜਪਾ ਕਿਉਂਕਿ ਦੁਰਸ਼ੀ ਪਾਰਟੀ ਹੈ ਉਹਨਾਂ ਕਾਨੂੰਨ ਬਣਾਏ ਨੇ ਉਹਦੇ ਨਾਲ ਤਾਂ ਕਿਸੇ ਕਿਸਮ ਦੀ ਕੋਈ ਰਹਿਤ ਨਹੀਂ ਉਹਨਾਂ ਨੂੰ ਅਸੀਂ ਕੋਈ ਕੰਪੇਨ ਨਹੀਂ ਕਰਨ ਦੇਣੀ ਕੋਈ ਮੀਟਿੰਗ ਨਹੀਂ ਕਰਨ ਦੇਣੀ ਕਿਸੇ ਕਿਸਮ ਦਾ ਕੋਈ ਬਾਹਰ ਪਬਲਿਕ ਮੀਟਿੰਗ ਇਹ ਹੋਰ ਕੁਝ ਨਹੀਂ ਕਰਨ ਦੇਣਾ ਹੈ ਲੋਕਾਂ ਨੇ ਗੁੱਸਾ ਬਹੁਤ ਜ਼ਿਆਦਾ ਹੈ ਉਹ ਤੁਸੀਂ ਪਰ ਇਹਨਾਂ ਪਾਰਟੀਆਂ ਬਾਰੇ ਸਪੱਸ਼ਟ ਲਾਈਨ ਲਈ ਸੀ ਅਸੀਂ ਉਸ ਦੁਸ਼ਮਣ ਦੀ ਕਤਾਰ 'ਚ ਨਹੀਂ ਖੜਾਏ ਇਹਨਾਂ ਨੇ ਇਹ ਕਹੇ ਸੀ ਵੀ ਇਹਨਾਂ ਪਾਰਟੀਆਂ ਲਈ ਕਿਸਾਨਾਂ ਕੋਲ ਕੁਝ ਸਵਾਲ ਹੋਣਗੇ ਜਿੰਨੇ ਲੰਬੇ ਸਮੇਂ ਤੁਸੀਂ ਪੰਜਾਬ 'ਚ ਰਾਜ ਕੀਤਾ ਬਦਲ-ਬਦਲ ਕੇ ਤੁਸੀਂ ਵੀ ਖੇਤੀਬਾੜੀ ਲਈ ਕੁਝ ਨਹੀਂ ਕੀਤਾ ਹੈ ਕਿਸਾਨਾਂ ਲਈ ਤੁਸੀਂ ਵੀ ਕੁਝ ਨਹੀਂ ਕੀਤਾ ਹੈ ਤੁਸੀਂ ਜੇ ਪਿੰਡਾਂ ਦੇ ਵਿੱਚ ਜਾਓਗੇ ਤਾਂ ਨੇਚਰਲੀ ਲੋਕ ਤੁਹਾਨੂੰ ਸਵਾਲ ਕਰਨਗੇ ਇਹ ਤੁਹਾਡੇ ਤੁਹਾਡੇ ਮੋਰਚੇ ਦੀ ਪ੍ਰਾਪਤੀ ਹੈ ਇਹ ਇਹ ਮੈਨੂੰ ਇਹ ਕਹਿਣ ਵਿੱਚ ਕੋਈ ਗਰੇਜ ਨਹੀਂ ਤੁਹਾਡੇ ਮੋਰਚੇ ਦੀ ਪ੍ਰਾਪਤੀ ਹੈ ਲੋਕਾਂ ਨੇ ਸਵਾਲ ਪੁੱਛਨੇ ਸ਼ੁਰੂ ਕੀਤੇ ਸੀਗੇ ਅ ਇਥੋਂ ਤੱਕ ਕਿ ਕੇਂਦਰ ਸਰਕਾਰ ਮੁੱਦਿਆਂ ਤੱਕ ਆ ਗਈ ਸੀਗੀ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਸਵਾਲ ਹੈ ਪੰਗੂ ਸਾਹਿਬ ਜਦੋਂ ਲੋਕ ਸਵਾਲ ਕਰਨ ਲੱਪੇ ਸੀਗੇ ਲੀਡਰਾਂ ਉਹਨਾਂ ਕੋਲ ਜਾਣ ਲੱਪੇ ਸੀ ਤੁਹਾਨੂੰ ਲੋਕਾਂ ਦਾ ਸਵਾਲ ਪੁੱਛਣ ਦਾ ਹੱਕ ਵੀ ਖੋਲਿਆ ਤੇ ਲੀਡਰਾਂ ਦਾ ਲੋਕਾਂ ਦੇ ਵਿੱਚ ਜਾਣ ਦਾ ਹੱਕ ਵੀ ਖੋਲਿਆ ਜਦੋਂ ਲੀਡਰ ਲੋਕਾਂ ਨੂੰ ਸਵਾਲ ਪੁੱਛਣ ਦਾ ਮੌਕਾ ਹੀ ਨੰ ਦੇਣ ਹੁਣ ਮੋਗੇ ਦੀ ਘਟਨਾ ਉਹੀ ਤੁਹਾਡੇ ਸਾਹਮਣੇ ਹੈ ਮੋਗੇ ਦੀ ਘਟਨਾ ਲਈ ਸਾਡੇ ਵਰਕਰਜ਼ ਨੂੰ ਕਿਸਾਨ ਔਗਰ ਨੂੰ ਕਿਹਾ ਗਿਆ ਪ੍ਰੋਟੈਸਟ ਘਾਲੇ ਚੁੰਡੇ ਲੈ ਗਏ ਕੇ ਸੁਖਵੀਰ ਬਦਲੂ ਨੂੰ ਮਲਾਵਾਂਗੇ ਤੁਹਾਨੂੰ ਤੁਸੀਂ ਸਵਾਲ ਪੁੱਛੋ ਉਹਨਾਂ ਨੂੰ ਪਰ ਉਹਨਾਂ ਨੂੰ ਮਲਾਏ ਨਹੀਂ ਗਿਆ ਜਦੋਂ ਮਲਾਉਂਗੇ ਨਹੀਂ ਤੁਸੀਂ ਇਹ ਲੀਡਰਸ ਨੂੰ ਇਸ ਤਰ੍ਹਾਂ ਕਰੋਗੇ ਵੀ ਪਬਲਿਕ ਦਾ ਰਾਈਟ ਹੈ ਜਿਨ੍ਹਾਂ ਤੋਂ ਉਹਨਾਂ ਨੇ ਵੋਟਾਂ ਲੈਣੀਆਂ ਹੈ ਇਲੈਕਸ਼ਨ ਦੇ ਸੰਬੰਧ ਚ ਗਏ ਪਬਲਿਕ ਦਾ ਸਵਾਲ ਪੁੱਛੂਗੀ ਐਂਡ ਯੂ ਹੈਵ ਟੂ ਅਨਸਰ ਦੈਟ ਜੇ ਉਸ ਤੋਂ ਤੁਸੀਂ ਅਵਾਇਡ ਕਰੋਗੇ ਲੋਕਾਂ ਦਾ ਗੁੱਸਾ ਤਾਂ ਬਹੁਤ ਜ਼ਿਆਦਾ ਹੈ ਨਾ ਤਾਂ ਗੁੱਸੇ ਨੂੰ ਫਿਰ ਕਿਸ ਤਰ੍ਹਾਂ ਕੰਟਰੋਲ ਕਰੋਗੇ ਤਾਂ ਕੱਲ ਵੀ ਅਸੀਂ ਇਹ ਕਿਹਾ ਉਹਨਾਂ ਨੂੰ ਬੁਲਾ ਕੇ ਵੀ ਅਸੀਂ ਨਹੀਂ ਚਾਹੁੰਦੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਆਪਸੀ ਟਕਰਾਅ ਹੋਵੇ ਤੁਹਾਡੇ ਨਾਲ ਸਾਡੇ ਨਾਲ ਕਿਸੇ ਕਿਸਮ ਦਾ ਆਪਸੀ ਜਿਹੜਾ ਟਕਰਾਅ ਆ ਕੇ ਤਾਂ ਪੰਜਾਬ ਦਾ ਕੋਈ ਮਾਹੌਲ ਖਰਾਬ ਹੋਵੇ ਇਸ ਦਾ ਫਾਇਦਾ ਭਾਜਪੀ اٹھਾਵੇ ਜਮੈਂ ਕਹਿੰਦੇ ਸੀ ਕਿ ਗਵਰਨਰ ਰੂਲ ਵੀ ਹੋ ਸਕਦਾ ਇਹ ਵੀ ਭਾਜਪੀ ਦੀ ਕੋਈ ਗੇਮ ਪਲਾਨ ਹੋ ਸਕਦੀ ਹੈ ਤੁਹਾਨੂੰ ਲੱਗਦਾ ਗਵਰਨਰ ਰੂਲ ਲੱਗ ਸਕਦਾ ਪੰਜਾਬ ਵਿੱਚ ਅਸੀਂ ਨਹੀਂ ਕਹਿੰਦੇ ਲੱਗੇ ਹਾਂ ਦੇ ਤੁਹਾਨੂੰ ਲੱਗਦਾ ਕਿ ਸਿਆਸੀ ਸਿਆਸੀ ਲੀਟਰ ਤੁਹਾਡੇ ਕੋਲ ਆ ਕੇ ਕਹਿੰਦੇ ਵਾਰ-ਵਾਰ ਅਸੀਂ ਬਿਲਕੁਲ ਨਹੀਂ ਕਹਿੰਦੇ ਨਾਲ ਲੱਗਣਾ ਹੈ ਹਾਂ ਤੇ ਇਹ ਜਿਹੜਾ ਇਹ ਡਰਾਮਾ ਇਹ ਡਰਾਮਾ ਜਿਹੜੀ ਗੱਲ ਇਹ ਇਹ ਡਰਾਮਾ ਹੈ ਇਹ ਕੇਵਲ ਅਕਾਲੀ ਤੇ ਕਾਂਗਰਸ ਹਾਂ ਕਿਉਂਕਿ ਉਹ ਚਾਹੁੰਦੇ ਨਾ ਵੀ ਅਸੀਂ ਕੈਂਪੇਨ ਕਰੀਏ ਜਦੋਂ ਕੈਂਪੇਨ ਕਰਦੇ ਨੇ ਜਾਣਗੇ ਉੱਥੇ ਉਹ ਕਿਉਂਕਿ ਨਾ ਲੋਕ ਚਾਣ ਨਾ ਸੰਗਤ ਮੋਰਚਾ ਚਾਹੇ ਤਾਂ ਲੋਕਾਂ ਨੂੰ ਕਿਸੇ ਨਾ ਟਕਰਾ ਆਊਗਾ ਤਾਂ ਇਹਦੇ ਵਿੱਚ ਇਸ ਦਾ ਫਾਇਦਾ ਭਾਜਪੀ ਨੇ ਉਠਾਣਾ ਕਿਉਂਕਿ ਭਾਜਪੀ ਭਾਜਪੀ ਹੈਜ਼ ਅ ਲੋਗ ਲੋਸਟ ਸਟੇਸ ਦਾ ਗਰਾਊਂਡ ਇਨ ਦਾ ਪੰਜਾਬ ਅਕਾਲੀ ਦਲ ਤੇ ਕਹਿੰਦਾ ਤੁਸੀਂ ਕਾਂਗਰਸ ਲਈ ਸੌਫਟ ਤਾਂ ਬਿਲਕੁਲ ਨਹੀਂ ਉਸੇ ਅਕਲ ਦੋਏ ਪਾਰਟੀਆਂ ਨੂੰ ਕਿਹਾ ਅਸੀਂ ਦੋਏ ਪਾਰਟੀ ਨੂੰ ਕਲ ਠੋਕੇ ਕਿਹਾ ਜਦੋਂ ਪ੍ਰੈਸ ਕਾਨਫਰੈਂਸ ਕੀਤੀ ਹੈ ਤੇ ਅਕਾਲੀ ਦਲ ਤੇ ਕਾਂਗਰਸ ਦੋਏ ਪਾਰਟੀਆਂ ਨੌਨ ਕਮਿਟਲ ਸਨ ਇਸ ਗੱਲ ਦੇ ਉੱਪਰ ਵੀ ਅਸੀਂ ਕੋ ਪੋਲਿਟੀਕਲ ਰੈਲੀਸ ਕੋ ਇਲੈਕਸ਼ਨ ਕੈਂਪੇਨ ਟੀਲ ਦਾ ਡੈਕਲੇਸ਼ਨ ਆਫ ਇਲੈਕਸ਼ਨ ਨਹੀਂ ਕਰਾਂਗੇ ਦੇ ਵਰ ਨੌਨ ਕਮਿਟਲ ਉਹਨਾਂ ਨੂੰ ਕਹਿਣਾ ਪਿਆ ਕਿ ਅਸੀਂ ਆਪਣੀ ਲੀਡਰਸ਼ਿਪ ਨਾਲ ਵਿਚਾਰ ਕਰਾਂਗੇ ਉਹਨਾਂ ਨੂੰ ਭਰੋਸਾ ਨਹੀਂ ਦਿੱਤਾ ਹੈ ਤੇ ਬਾਕੀ ਪਾਰਟੀਆਂ ਇਹਨਾਂ ਬਲੈਕ ਐਂਡ ਵਾਈਟ ਕਹਿ ਕੇ ਗਿੰਜਾਂ ਨੇ ਨਹੀਂ ਅਸੀਂ ਤਾਂ ਮੋਰਚੇ ਨਾਲ ਖੜੇ ਆਂ ਕਾਂਗਰਸ ਪਾਰਟੀ ਦੇ ਪ੍ਰਧਾਨ ਉੱਥੇ ਬੈਠੇ ਸੀਗੇ ਉਹ ਕਿਉਂ ਨਹੀਂ ਡਿਸੀਜਨ ਲੈ ਸਕਿਆ ਉਹ ਕਿਉਂ ਡਰ ਰਿਹਾ ਕਿ ਯੂਪੀ ਵਿੱਚ ਵੀ ਸਾਨੂੰ ਇਸ ਫੈਸਲੇ ਤੋਂ ਰਨਾ ਪਊਗਾ ਦੇਖੋ ਉਹਨਾਂ ਨੂੰ ਇਹ ਹੈ ਵੀ ਜੇ ਪੰਜਾਬ ਜਿਹੋ ਜਿਹੀ ਗੱਲ ਹੁੰਦੀ ਹੈ ਬਾਕੀ ਥਾਂਾਂ ਤੇ ਵੀ ਫੇਸ ਕਰ ਸਕਦੇ ਆ ਉਹ ਤਾਂ ਉਹਨਾਂ ਨੂੰ ਇੱਕ ਗੱਲ ਉਹਨਾਂ ਨੇ ਜ਼ਰੂਰ ਕਹੀ ਸਾਨੂੰ ਕਿ ਜੋ ਸਰਕਾਰੀ ਪ੍ਰੋਗਰਾਮ ਨੇ ਵੀ ਸਰਕਾਰੀ ਪ੍ਰੋਗਰਾਮ ਨੂੰ ਸਮਝਾਣਾ ਪਏਗਾ ਤਾਂ ਅਸੀਂ ਇਹ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਦੇ ਅਖਬਾਰਾਂ 'ਚ ਛਪਿਆ ਸੀ ਜੋ 13 ਤੋਂ ਉਹਨੇ ਸ਼ੁਰੂ ਕਰਨੇ ਨੇ ਉਹ ਹੈ ਆਊਟਰੀਚ ਟੂ ਵੋਟਰਸ ਉਹਦਾ ਵੀ ਉਹ ਵੀ ਇਲੈਕਸ਼ਨ ਕੰਪੇਨ ਹੈ ਜੇ ਉਹਦੇ ਵਿੱਚ ਸਰਕਾਰ ਜੰਦੀ ਆ ਸਰਕਾਰ ਦੀਆਂ ਪ੍ਰਾਪਤੀਆਂ ਸਰਕਾਰ ਦੇ ਕੰਮ ਕਰ ਲਈ ਸਮ ਟੋ ਵੀ ਇਲੈਕਸ਼ਨ ਕੰਪੇਨ ਹੈ ਅਸੀਂ ਕਹੇ ਗਲਤ ਹੈ ਤੁਸੀਂ ਇਨਡੋਰ ਮੀਟਿੰਗਸ ਵਰਕਰਸ ਮੀਟਿੰਗ ਦਾ ਕਰ ਸਕਦੇ ਹੋ ਪਰ ਜੇ ਖੁੱਲ੍ਹਿਆਂ ਪਬਲਿਕ ਰੈਲੀ ਪਬਲਿਕ ਮੀਟਿੰਗ ਕਰਾਂਗੇ ਤਾਂ ਲੋਕ ਆਣਗੇ ਲੋਕਾਂ ਦਾ ਗੁੱਸਾ ਤਾਂ ਉਸ ਦਾ ਫਿਰ ਸਾਹਮਣਾ ਤੁਹਾਨੂੰ ਆਪ ਹੀ ਕਰਨਾ ਪਿਆ ਤੁਸੀਂ ਆਪ ਜ਼ਿੰਮੇਵਾਰ ਹੋ ਅਸੀਂ ਜ਼ਿੰਮੇਵਾਰ ਨਹੀਂ ਹਾਂ ਅਸੀਂ ਇਹ ਮੰਨ ਕੇ ਚੱਲੀਏ ਕਿ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਨੂੰ ਲੋਕ ਮੰਨਦੇ ਨਹੀਂ ਪਏ ਜਾਂ ਕਿਸਾਨ ਨਹੀਂ ਮੰਨਦੇ ਪਏ ਪਿੰਡਾਂ ਵਾਲੇ ਕਿਸਾਨ 100% ਮੰਨ ਰਹੇ ਹੂੰ ਸੰਗਤ ਮੋਰਚੇ ਨੇ ਬੜਾ ਤੁਸੀਂ ਕੋਈ ਵੀ ਰਿਫਰੇਨ ਕੀਤਾ ਅਸੀਂ ਇਹ ਗੱਲ ਕਹਿਣ ਤੇ ਅਜੇ ਤੱਕ ਅਸੀਂ ਕਿਹਾ ਖੁੱਲ ਕੇ ਭਾਜਪਾ ਦਾ ਬਾਈਕਾਊਟ ਕਰੋ ਕੋਈ ਉਹਨਾਂ ਨਾਲ ਰਹਿਤ ਨਹੀਂ ਪਰ ਦੂਜੀਆਂ ਪਾਰਟੀਆਂ ਤੇ ਅਸੀਂ ਕਿਹਾ ਸੀ ਵੀ ਜਿਸ ਤਰ੍ਹਾਂ ਭਾਜਪਾ ਨੂੰ ਟ੍ਰੀਟ ਕਰਦੇ ਆਂ ਆਪਾਂ ਉਸ ਤਰ੍ਹਾਂ ਟ੍ਰੀਟ ਨਹੀਂ ਕਰਨਾ ਅਸੀਂ ਦੁਸ਼ਮਣਾਂ ਦੀ ਕਤਾਰ ਨਹੀਂ ਵਧਾਣੀ ਤਾਂ ਇਸ ਦਾ ਭਾਜਪਾ ਨੂੰ ਲਾਹਾ ਹੋਏਗਾ ਜੀ ਉਸ ਤਰ੍ਹਾਂ ਕਰੀਏ ਤਾਂ ਉਹਨਾਂ ਬਾਰੇ ਕਿਹਾ ਸੀ ਇਹਨਾਂ ਬਾਰੇ ਗੁੱਸਾ ਲੋਕਾਂ ਦਾ ਬਹੁਤ ਹੈ ਟ੍ਰੈਡੀਸ਼ਨਲ ਪਾਰਟੀਆਂ ਬਦਲ ਬਦਲ ਕੇ ਰਾਜ ਕੀਤਾ ਲੋਕ ਤੁਹਾਨੂੰ ਸਵਾਲ ਪੁੱਛਣਗੇ ਲੋਕਾਂ ਦਾ ਗੁੱਸਾ ਤੁਹਾਡੇ ਖਿਲਾਫ ਹੈ ਇਸ ਲਈ ਜਦ ਤੱਕ ਇਲੈਕਸ਼ਨ ਡਿਕਲੇਅਰ ਨਹੀਂ ਹੁੰਦੀ ਤਾਂ ਮਿਹਰਬਾਨੀ ਕਰੋ ਪਿੰਡਾਂ ਦੇ ਵਿੱਚ ਨਾ ਨਾ ਉਹ ਟੜੇ ਬੰਦੇ ਨਾ ਕ੍ਰੀਏਟ ਕਰੋ ਨਹੀਂ ਤਾਂ ਤੁਹਾਨੂੰ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ ਮੈਂ ਇੱਕ ਛੋਟਾ ਬ੍ਰੇਕ ਲਊਂਗਾ ਬ੍ਰੇਕ ਤੋਂ ਵਾਪਸ ਆਵਾਂਗੇ ਪ੍ਰੇਮ ਸਿੰਘ ਢੰਗੂ ਸਾਡਾ ਮੌਜੂਦ ਹੈਗੇ ਪ੍ਰੇਮ ਸਿੰਘ ਢੰਗੂ ਅਕਸਰ ਜਾਣੇ ਜਾਂਦੇ ਕਿ ਦਲੀਲਾਂ ਨਾਲ ਗੱਲ ਕਰਦੇ ਕਿਉਂਕਿ ਵਕੀਲ ਵੀ ਹੈਗੇ ਆ ਪਰ ਇਹ ਜਿਹੜੀ ਤੇਰੇ ਨਾਲ ਸੰਬੰਧ ਸਿਆਸਤ ਦੇ ਵਿੱਚ ਵੀ ਉਤਰਦੀ ਰਹੀ ਹੈ ਖੁਦ ਵੀ ਇਲੈਕਸ਼ਨ ਲੜ ਚੁੱਕੇ ਆ ਉਸ ਬਾਬਤ ਹੀ ਸਵਾਲ ਹੋਣਗੇ ਵਾਪਸ ਆ ਰਿਹਾ ਥਿਊ ਪੁਆਇੰਟ ਵਿੱਚ ਫਿਰ ਤੁਹਾਡਾ ਸਵਾਗਤ ਕਰਦੇ ਆ ਪੰਗੂ ਸਾਹਿਬ ਤੁਸੀਂ ਦੋ ਵਾਰ ਇਲੈਕਸ਼ਨ ਲੜਿਆ ਹੋ ਜਿਤ ਤੱਕ ਮੈਨੂੰ ਜਾਣਕਾਰੀ ਹੈ ਸੀਪੀਆਈਐਮ ਐਮਸੀਪੀਆਈ ਹਾਂ ਹੁਣ ਇਲੈਕਸ਼ਨ ਲੜਨੇ ਆ ਅਜੇ ਕੋਈ ਵਿਚਾਰ ਨਹੀਂ ਜਿਹੜੀ ਪਹਿਲੋਂ ਮੋਰਚੇ ਦੀ ਹੈ ਮੋਰਚਾ ਜਿੱਤਾਂਗੇ ਜਿਸ ਤੇ ਅਸੀਂ ਲੜ ਰਹੇ ਹਾਂ ਉਸ ਤੋਂ ਬਾਅਦ ਵਿਚਾਰ ਹੋਊਗੇ ਆਦਰਵਾਇਜ਼ ਜੇ ਪੋਲੀਟੀਕਲੀ ਤੁਸੀਂ ਪੁੱਛੋ ਤਾਂ ਅਸੀਂ ਉਹ ਪਾਰਟੀਆਂ ਜਿਥੇ ਬੰਦੇ ਆ ਨਹੀਂ ਜੋ ਇਲੈਕਸ਼ਨ ਦਾ ਬਾਈਕਾਟ ਕਰਦੇ ਆ ਸਾਡਾ ਪਾਰਲੀਮੈਂਟਰੀ ਸਿਸਟਮ ਜੇ ਪਾਰਟਿਸਪੇਟ ਵੀ ਕਰਦੇ ਆ ਪਰ ਸਾਡੀ ਲੜਾਈ ਇਹ ਨਹੀਂ ਵੀ ਪਾਰਲੀਮੈਂਟਰੀ ਸਟਰਗਲ ਵਾਲੀ ਕੋਈ ਮਸਲੇ ਹੱਲ ਹੋ ਜਾਣੇ ਨੇ ਐਸਾ ਵੀ ਨਹੀਂ ਇਸ ਦਾ ਬਾਈਕਾਟ ਵੀ ਨਹੀਂ ਕਰਦੇ ਪਰ ਅਜੇ ਕਿਉਂਕਿ ਮੋਰਚਾ ਕਿਸਾਨਾਂ ਦੇ ਵਿੱਚ ਐ ਕਿਸਾਨ ਜਿਥੇ ਬੰਦੇ ਨੇ ਜਮ ਇੱਕ ਦਾ ਆਗੂ ਹੈ ਆਪਣੇ ਇਹਨਾਂ ਜਦ ਤੱਕ ਮੋਰਚਾ ਨਹੀਂ ਜਿੱਤਿਆ ਜਾਂਦਾ ਸਾਡੇ ਸ='%s' ਮੋਰਚੇ ਦੀ ਵੀ ਲਾਈਨ ਹੈ ਕਿ ਮੋਰਚਾ ਜਿੱਤਣ ਤੋਂ ਬਾਅਦ ਪੰਜਾਬ ਦੇ ਵਿੱਚ ਇਲੈਕਸ਼ਨ ਹੁੰਦੀ ਹੈ ਹੋਰ ਵੀ ਕਿਤੇ ਪੰਜਾਬ ਵਿੱਚ ਮੇਨ ਹੈ ਇਹਦੇ ਬਾਰੇ ਮੋਰਚਾ ਜ਼ਰੂਰ ਬੈਠ ਕੇ ਵਿਚਾਰ ਕਰੇਗਾ ਇਹਦੇ ਵਿੱਚ ਅਸੀਂ ਕਿਸ ਤਰ੍ਹਾਂ ਦਖਲ ਦੇਣਾ ਕਿਸ ਤਰ੍ਹਾਂ ਇੰਟਰਵਿਊਰ ਕਰਨਾ ਹੈ ਕੀ ਡਾਇਰੈਕਸ਼ਨ ਦੇਣੀਆਂ ਪਰ ਮੋਰਚਾ ਜਿੱਤਣ ਤੋਂ ਬਾਅਦ ਹੋਏਗਾ ਮੈਂ ਸਵਾਲ ਹੈ ਮੈਂ ਸਵਾਲ ਇਸ ਕਰਕੇ ਕਰ ਰਿਹਾ ਸੀਗਾ ਮੰਨ ਕੇ ਚੱਲੀਏ ਕਿ ਮੋਰਚਾ ਉੱਥੇਕਰ ਫਤੇ ਨਹੀਂ ਹੁੰਦਾਗਾ ਉਦੋਂ ਇਲੈਕਸ਼ਨ ਸਿਰ ਤੇ ਆ ਜਾਂਦੀਆਂ ਕੀ ਉਦੋਂ ਜਿਹੜੇ ਤੁਹਾਡੇ ਵਰਗੇ ਆਗੂ ਜਿਹੜੇ ਇਲੈਕਸ਼ਨ ਲੜਦੇ ਰਹੇ ਆ ਜਾਂ ਇਲੈਕਸ਼ਨ ਲੜਨਾ ਚਾਹੁੰਦੇ ਆ ਉਹਨਾਂ ਵਾਸਤੇ ਮੋਰਚੇ ਨੇ ਕੋਈ ਫੈਸਲਾ ਕਰ ਲਿਆ ਜਾਂ ਕਰਨਾ ਹਜੇ ਕਿ ਮਿਸਟਰ ਟਕੈਤ ਨੇ ਵੀ ਇਲੈਕਸ਼ਨ ਲੜੀਆਂ ਹੋਈਆਂ ਮੇਰਾ ਸਵਾਲ ਇਹ ਵੀ ਹੈ ਚੜੂਨੀ ਸਾਹਿਬ ਕੇ ਤੁਹਾਨੂੰ ਪੁੱਛ ਕੇ ਤਾਂ ਨਹੀਂ ਗਏ ਸੀਗੇ ਵੀ ਮੈਂ ਇਲੈਕਸ਼ਨ ਲੜਾਂ ਕਿ ਨਾ ਲੜਾਂ ਪੰਜਾਬ ਚ ਦੇਖੋ ਇਸ ਤਰ੍ਹਾਂ ਕੇ ਵੀ ਜੀ ਕਿ ਜਿੱਥੋਂ ਤੱਕ ਤਾਂ ਪੰਜਾਬ ਦੀ ਬੱਤੀ ਆਰਗੇਨਾਈਜੇਸ਼ਨ ਦਾ ਚੜੂਨੀ ਜੇ ਹਰਿਆਣਾ ਦੇ ਵਿੱਚ ਨਾ ਉਹ ਆਪਣਾ ਕਹਿ ਸਕਦੇ ਉਹ ਪੰਜਾਬ ਦੀ ਆਰਗੇਨਾਈਜੇਸ਼ਨ ਦਾ Part ਨਹੀਂ ਠੀਕ ਹੈ ਪੰਜਾਬ ਦੀ ਬੱਤੀ ਆਰਗੇਨਾਈਜੇਸ਼ਨ ਦਾ ਇਨ ਵਨ ਵੇਜ਼ ਇਹ ਫੈਸਲਾ ਕਿ ਮੋਰਚਾ ਜੇ ਇਲੈਕਸ਼ਨ ਦੌਰਾਨ ਚੱਲਦਾ ਰਹਿੰਦਾ ਤਾਂ ਕੋਈ ਵੀ ਲੀਡਰ ਸਾਡਾ ਇਲੈਕਸ਼ਨ ਨਹੀਂ ਲੜੇਗਾ ਕਰੇਮ ਸੇ ਵੀਂਗੋ ਵੀ ਨਹੀਂ ਲੜੇ ਕੋਈ ਵੀ ਨਹੀਂ ਲੜੇਗਾ ਜੇ ਮੋਰਚਾ ਸਾਡਾ ਕੰਟੀਨਿਊ ਨਹੀਂ ਦਾ ਮੋਰਚਾ ਜਿੱਤਿਆ ਨਹੀਂ ਜਾਂਦਾ ਉਸ ਦੇ ਵਿੱਚ ਇਲੈਕਸ਼ਨ ਆਉਂਦੀ ਹੈ ਪਰ ਅਸੀਂ ਇੱਕ ਗੱਲ ਜ਼ਰੂਰ ਕਹਾਂਗੇ ਕਿ ਜੇ ਮੋਰਚੇ ਦੇ ਵਿੱਚ ਇਲੈਕਸ਼ਨ ਹੁੰਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਜ਼ਰੂਰ ਅਸੀਂ ਬੇਨਤੀ ਕਰ ਸਕਦੇ ਹਾਂ ਕਿ ਤੁਸੀਂ ਇਸ ਪ੍ਰੋਸੈਸ ਦਾ ਜਿਹੜਾ ਅਸੀਂ ਬਾਈਕਾਟ ਨਹੀਂ ਕਹਿੰਦੇ ਤੁਸੀਂ ਮੋਰਚੇ ਨੂੰ ਜਿਹੜੀ ਪ੍ਰਾਥਮਿਕਤਾ ਦਿਓ ਉਧਰ ਧਿਆਨ ਘਟ ਦਿਓ ਇਹ ਜ਼ਰੂਰ ਕਹਾਂਗੇ ਉਸ ਨੂੰ ਪ੍ਰਮੁੱਖ ਮੋਰਚੇ ਨੂੰ ਬਣਾਓ ਤਾਂ ਕਿ ਉਹਨੂੰ ਕਿਤਨਾ ਕਿਤੇ ਵੀ ਲੋਕ ਧੜੇ ਬੰਦੀ ਪਏ ਇਲੈਕਸ਼ਨ ਚ ਕੁਦ ਗਏ ਤਾਂ ਸਾਡੇ ਬਾਰਡਰ ਵੀ ਖਾਲੀ ਜਣ ਮੋਰਚਾ ਵੀ ਖੋ ਜੇ ਉਹਦਾ ਸਾਨੂੰ ਨੁਕਸਾਨ ਹੈ ਤੰਗੂ ਸਾਹਿਬ ਉਹ ਠੀਕ ਹੈ ਤੁਹਾਡੀ ਗੱਲ ਤੰਗੂ ਸਾਹਿਬ ਲੋਕਾਂ ਨੂੰ ਕਿਵੇਂ ਤੁਸੀਂ ਰੋਕੋਗੇ ਕਿਉਂਕਿ ਲੋਕ ਵੱਖ-ਵੱਖ ਪਾਰਟੀਆਂ ਦੇ ਬੰਨੇ ਹੋਏ ਆ ਉਹ ਪਿੰਡਾਂ ਨੂੰ ਵੀ ਵਾਪਸ ਹੋਣ ਕੇ ਮੋਰਚਾ ਛੱਡ ਕੇ ਉਦੋਂ ਜੇ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਬਾਰ ਬਾਰ ਸਾਰੀ ਇਹ ਦੁਆ ਕਰਦੇ ਪੰਜਾਬ ਦਾ ਮਾਹੌਲ ਨਾ ਖਰਾਬ ਹੋ ਪਰ ਉਦੋਂ ਵੀ ਇਹ ਲੜਾਈਆਂ ਹੋ ਸਕਦੀਆਂ ਜਿਸ ਬਾਰੇ ਤੁਸੀਂ ਹੁਣ ਕਹਿ ਰਹੇ ਹੋ ਕਿ ਸਾਨੂੰ ਖਤਰਾ ਹੈ ਇਸ ਲੜਾਈਆਂ ਦਾ ਦੇਖੋ ਇਸ ਤਰ੍ਹਾਂ ਹੈ ਹਾਂ ਅਜੇ ਤਾਂ ਸਾਡੀ ਲਾਈਨ ਜਦ ਤੱਕ ਇਲੈਕਸ਼ਨ ਡਿਕਲੇਅਰ ਨਹੀਂ ਹੋਈ ਉਦੋਂ ਤੱਕ ਦਾ ਥੋੜਾ ਵੀ ਇਹ ਪਾਰਟੀਆਂ ਕੰਪੇਨ ਨਾ ਕਰਨ ਇਲੈਕਸ਼ਨ ਰੈਲੀਜ਼ ਨਾ ਕਰਨ ਕਿਉਂ ਲੋਕਾਂ ਇੰਡਿਵੀਜ਼ਨ ਹੁੰਦੀ ਹੈ ਪਰ ਇਹ ਵੀ ਨਹੀਂ ਕਿ ਅਸੀਂ ਡੈਮੋਕਰੈਟਿਕ ਕਨਸਟੀਟਿਊਸ਼ਨਲ ਪ੍ਰੋਸੈਸ ਹੈ ਜਿਹੜਾ ਇਲੈਕਸ਼ਨ ਦਾ ਉਹਨੂੰ ਕਿਸੇ ਕੋਲ ਰੋਕ ਦੇਣਾ ਨੋਬਾਡੀ ਕੈਨ ਸਟਾਪ ਦੈ ਅਸੀਂ ਨਹੀਂ ਰੋਕਾਂਗੇ ਇਸਨੂੰ ਉਹ ਹੋਊਗਾ ਪਾਰਟੀਆਂ ਜਾਣਗੀਆਂ ਪਰ ਇਹ ਸਾਡਾ ਪ੍ਰੈਰੋਗੇਟਿਵ ਰਹੇਗਾ ਅਸੀਂ ਲੋਕਾਂ ਨੂੰ ਕਿਸਾਨਾਂ ਨੂੰ ਰੈਂਕਡ ਫਾਈਲ ਨੂੰ ਇੱਕ ਕੁਐਸਚਨਰ ਤਿਆਰ ਕਰਕੇ ਦਵਾਂਗੇ ਕਨਲੀ ਸੈਪਰੇਟ ਹੋਏਗਾ ਕਾਉਂਸਲੀ ਸੈਪਰੇਟ ਹੋਊਗਾ ਕਮਿਊਨਿਸਟਾਂ ਲਈ ਹਰ ਪਾਰਟੀ ਲਈ ਸੈਪਰੇਟ ਕੁਐਸਚਨ ਹੋਣਗੇ ਜਦੋਂ ਕੰਪੇਨਿੰਗ ਕਰਨ ਲਈ ਪਿੰਡਾਂ ਜਾਣਗੇ ਇਹ ਤਾਂ ਸਾਡਾ ਰਾਈਟ ਰਹੇਗਾ ਨਾ ਕਿ ਜੇ ਵੋਟ ਨੂੰ ਤਾਂ ਲੈਣੀ ਹੈ ਤਾਂ ਉਹਨਾਂ ਦਾ ਰਾਈਟ ਰਹੇਗਾ ਕਿ ਤੁਸੀਂ ਉਹਨਾਂ ਨੂੰ ਪੁੱਛੋ ਤੁਸੀਂ ਵੋਟ ਕਿਸ ਆਧਾਰ ਤੇ ਲੈਣੀ ਹੈ ਤੁਸੀਂ ਪ੍ਰੋਗਰਾਮ ਕੀ ਲੈ ਕੇ ਆਏ ਅਸੀਂ ਕੱਲ ਦੇ ਪ੍ਰੋਗਰਾਮ ਚ ਬੜਾ ਸਪਸ਼ਟ ਕਿਹਾ ਕਿ ਪਾਰਟੀਆਂ ਮੈਨੀਫੈਸਟੋ ਬਣਾਉਂਦੀਆਂ ਨੇ ਇਹ ਮੈਨੀਫੈਸਟੋ ਕੋਈ ਲੀਗਲ ਸੈਂਟਿਟਾ ਹੈ ਨਹੀਂ ਤੁਸੀਂ ਜੋ ਮਰਜ਼ੀ ਅਨ ਰੀਅਲਿਸਟਿਕ ਪ੍ਰੋਮਿਸ ਕਰੋ ਵਾਅਦੇ ਕਰੋ ਵੋਟ ਲੈ ਲਓ ਤਾਂ ਇੰਪਲੀਮੈਂਟੇਸ਼ਨ ਕੋਈ ਵੀ ਨਹੀਂ ਕੱਲ ਅਸੀਂ ਸਾਰੀ ਪਾਰਟੀ ਨੂੰ ਪੁੱਛਿਆ ਕਿ ਤੁਸੀਂ ਇਸ ਤੇ ਐਗਰੀ ਕਰਦੇ ਹੋ ਕਿ ਇਲੈਕਸ਼ਨ ਦਾ ਮੈਨੀਫੈਸਟੋ ਹੈ ਇੱਕ ਲੀਗਲ ਡਾਕੂਮੈਂਟ ਹੋਵੇ ਔਰ ਜੇ ਤੁਸੀਂ ਉਸ ਨੂੰ ਇੰਪਲੀਮੈਂਟ ਨਹੀਂ ਕਰਤੇ ਇਹ ਲੀਗਲੀ ਇਨਫੋਰਸੇਬਲ ਹੋਵੇ ਤਾਂ ਸਾਰੀ ਪਾਰਟੀ ਨੇ ਕਿਹਾ ਅਸੀਂ ਬਿਲਕੁਲ ਸਹਿਮਤ ਹਾਂ ਇਸ ਗੱਲ ਨਾਲ ਇਹ ਹੋਣਾ ਚਾਹੀਦਾ ਪਰ ਇਹ ਕਰਨਾ ਕਿਸ ਨੇ ਕਰਨੋਂ ਤਾਂ ਕਨਸਟੀਟਿਊਸ਼ਨ ਨਾਲ ਪਾਰਲੀਮੈਂਟ ਨੂੰ ਅਮੈਂਡਮੈਂਟ ਕਰਨੀ ਪਵੇਗੀ ਇੱਕ ਡਾਕੂਮੈਂਟ ਹੈ ਜਿਸ ਨੂੰ ਲੀਗਲ ਬਣਾਉਣਾ ਹੈ ਤਾਂ ਇਲੈਕਸ਼ਨ ਕਮਿਸ਼ਨ ਦਾ ਵੀ ਹੈ ਔਰ ਇਹ ਵਿਦਾਊਟ ਕਨਸਟੀਟਿਊਸ਼ਨਲ ਅਮੈਂਡਮੈਂਟ ਇਹ ਹੋ ਨਹੀਂ ਸਕਦਾ ਇਹ ਹੋਵੇ ਮੈਂ ਕਹਿੰਦਾ ਦੇਸ਼ ਦੇ ਵਿੱਚ بڑا ਇਲੈਕਟੋਰਲ ਰਿਫਾਰਮ ਆ ਸਕਦਾ ਜਿਹੜੀ ਪਾਰਟੀਆਂ ਬਹੁਤ ਵੱਡਾ ਧਨ ਖਰਚ ਕੇ ਝੂਠੇ ਵਾਦੇ ਕਰਕੇ ਲੋਕਾਂ ਨੂੰ ਵੋਟਾਂ ਲੈਣੀਆਂ ਮਿਸਗਾਈਡ ਕਰਕੇ ਤਾਂ ਅਜਿਹੇ ਉਹ ਨਹੀਂ ਕਰਨ ਗਿਆ ਉਹ ਵਾਦੇ ਕਰਨੀਆਂ ਜਿਹੜੇ ਉਹਨਾਂ ਦੇ ਕੋਲ ਰਿਸੋਰਸਸ ਹੋਣਗੇ ਵਿਦਾਊਟ ਰਿਸੋਰਸਸ ਤੁਸੀਂ ਕਹੋ ਤਾਂ ਬਾਅਦ ਵਿੱਚ ਵਿਜ਼ਨ ਡਾਕੂਮੈਂਟ ਕੋਈ ਵੀ ਨਹੀਂ ਨਾ ਤੁਹਾਡੀ ਕੋਈ ਪਲਾਨ ਹੈ ਯੂ ਆਰ ਜਸਟ ਮਿਸਗੈਟਿੰਗ ਦ ਪੀਪਲ ਇਹ ਸਿਰ ਲਾਜ਼ਮੀ ਕਹਾਂ ਜਿਹੜੀਆਂ ਪਾਰਟੀਆਂ ਤੁਸੀਂ ਸੱਦੀਆਂ ਸੀਗੀਆਂ ਉਹਨਾਂ ਦੀ ਗਿਣਤੀ ਬੜੀ ਘੱਟ ਹੈ ਪਾਰਲੀਮੈਂਟ ਦੇ ਵਿੱਚ ਭੰਗੂ ਸਾਹਿਬ ਤੁਹਾਨੂੰ ਵੀ ਇਹ ਪਤਾ ਹੈ ਸਵਾਲ ਇਹ ਹੈਗਾ ਕਿ ਬਾਕੀ ਸੂਬਿਆਂ ਦੇ ਵਿੱਚ ਤੁਸੀਂ ਇਹੋ ਜਿਹਾ ਪ੍ਰੋਸੈਸ ਕਿਉਂ ਨਹੀਂ ਕਰ پا ਰਹੇ 32 ਕਿਸਾਨ ਕਿਸਾਨ ਜਥੇਬੰਦੀਆਂ ਜਿਉਂਤ ਕਿਸਾਨ ਮੋਰਚੇ ਦੇ ਵਿੱਚ ਵੱਡੀ ਹਿੱਸੇਦਾਰੀ ਰੱਖਦੀਆਂ ਤੁਸੀਂ ਯੂਪੀ ਵਿੱਚ ਕਿਉਂ ਨਹੀਂ ਕਰ ਪਾ ਰਹੇ ਉੱਤਰਾਖੰਡ ਵਿੱਚ ਕਿਉਂ ਨਹੀਂ ਕਰ ਪਾ ਰਹੇ ਉੱਥੇ ਕਿਉਂ ਨਹੀਂ ਸੈਸੀ ਰੈਲੀਆਂ ਨੂੰ ਰੋਕਦੇ ਤੁਸੀਂ ਦੇਖੋ ਯੂਪੀ ਸੀ ਤੋਂ ਸ਼ੁਰੂ ਕੀਤਾ ਹਮ ਪੰਜਾਬ ਚ ਇਲੈਕਸ਼ਨ ਆ ਰਹੀ ਹੈ ਯੂਪੀ ਦੇ ਉੱਤ ਯੂਪੀ ਥੋੜੀ ਨੌਲੇਜ ਲਈ ਮੁਜ਼ਫਰ ਨਗਰ ਚ ਰੈਲੀ ਹੋਈ ਹੈ ਉਹ ਲੱਖਾਂ ਲੋਕਾਂ ਦਾ ਇਕੱਠ ਸੀ ਯੂਪੀ ਮੋਬਲਾਈਜ਼ ਹੋਈ ਹੈ ਵੈਸਟਰਨ ਯੂਪੀ ਹੋਈ ਹੈ ਤਾਂ ਉਸ ਤੋਂ ਬਾਅਦ ਲਖਨਊ ਮੀਟਿੰਗ ਕਰਕੇ ਜੇ ਕੱਲ ਪਰਸੋਂ ਹੀ ਸਾਰਾ ਪ੍ਰੋਗਰਾਮ ਉੱਥੇ ਦਾ ਪੂਰਾ ਉਲੀਕ ਦਿੱਤਾ ਗਿਆ ਯੂਪੀ ਮਿਸ਼ਨ ਦਾ ਸਾਰੇ ਜ਼ਿਲ੍ਹਿਆਂ ਦੇ ਵੱਡੀਆਂ ਮਹਾ ਪੰਚਾਇਤਾਂ ਹੋਣਗੀਆਂ ਇਕੱਠ ਹੋਣਗੇ ਕਨਵੈਨਸ਼ਨ ਹੋਣਗੀਆਂ ਤਾਂ ਇੱਕ ਪ੍ਰੋਗਰਾਮ ਹੈ ਜਿਹੜਾ ਕੰਟੀਨਿਊਸ ਚੱਲੇਗਾ ਯੂਪੀ ਦੇ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਉੱਥੇ ਬੀਜੇਪੀ ਹੈ ਮੇਨ ਟਕਰਾਅ ਬੀਜੇਪੀ ਨਾਲ ਹੈ ਉੱਥੇ ਤਾਂ ਇਸ ਲਈ ਯੂਪੀ ਚ ਵੀ ਹੋਏਗਾ ਵੈਸਟ ਬੰਗਾਲ ਜਿਹਾ ਲਾਈ ਸੀ ਗਏ ਬਸ ਮਾਝਾ ਚ ਇਲੈਕਸ਼ਨ ਆ ਜੀ ਭਾਵੇਂ ਬੀਜੇਪੀ ਦਾ ਬਹੁਤਾ ਸਟੇਕ ਹੈ ਨਹੀਂ ਸੀ ਉੱਥੇ ਮਮਤਾ ਸੀ ਬੀਜੇਪੀ ਕਹਿੰਦੀ ਸੀ ਪਰ ਅਸੀਂ ਗਏ ਕਿ ਬੀਜੇਪੀ ਕਿਉਂਕਿ ਇਸਨੇ ਗਲਤ ਖੇਤੀ ਕਾਨੂੰਨ ਬਣਾਏ ਖੇਤੀਬਾੜੀ ਦੇ ਖਿਲਾਫ ਬੀਜੇਪੀ ਨੂੰ ਵੋਟ ਨਾ ਕਰੋ ਹੋਰ ਜਿਸ ਨੂੰ ਮਰਜ਼ੀ ਵੋਟ ਕਰੋ ਇਹ ਅਸੀਂ ਇੱਥੇ ਗਏ ਪੰਜਾਬ ਜਿਹੜਾ ਡਿਫਰੈਂਟ ਰਹੇਗਾ ਪੰਜਾਬ ਚ ਬੀਜੇਪੀ ਦਾ ਮੇਨ ਐਨਮੀ ਹੈ ਨਹੀਂ ਪੰਜਾਬ ਦਾ ਅਕਲਿਲ ਤੇ ਕਾਂਗਰਸ ਹੈ ਦੋਹਾਂ ਦਾ ਹੀ ਇਸ ਲਈ ਸਾਨੂੰ ਇੱਥੇ ਲਾਜ਼ਮੀ ਇਹ ਕਿਹਣਾ ਪਵੇਗਾ ਕਿ ਜਿਹੜੇ ਕਿਸਾਨਤ ਐਸੀ ਹੋਣਗੇ ਕਿਸਾਨ ਹੱਕਾਂ ਲਈ ਖੜਨਗੇ ਖੇਤੀ ਬੜੀ ਕਾਨੂੰਨਾਂ ਦੇ ਖਿਲਾਫ ਖੜਨਗੇ ਇਹ ਕਾਰਪੋਰੇਟ ਸੈਕਟਰ ਦੇ ਖਿਲਾਫ ਉਹਨਾਂ ਨੂੰ ਤੁਸੀਂ ਵੋਟ ਪਾਓ ਔਰ ਕੁਐਸਚਨ ਕਰੋ ਉਹਨਾਂ ਤੋਂ ਕੀ ਪ੍ਰੋਮਿਸ ਕਰਦੇ ਨੇ ਜਿਹੜੇ ਪ੍ਰੋਮਿਸ ਕਿਤੇ ਉਹ ਪੂਰੇ ਵੀ ਕਰਨਗੇ ਉਸ ਤੋਂ ਬਾਅਦ ਇਹ ਲੋਕਾਂ ਦੀ ਪਹਿਲ ਕਦਮੀ ਰਹੇਗੀ ਇਲੈਕਸ਼ਨ ਦੇ ਵਿੱਚ ਜਿਹੜੇ ਸਵਾਲ ਤੁਸੀਂ ਕਹਿ ਰਹੇ ਹੋ ਕਿ ਅਸੀਂ ਲੋਕਾਂ ਨੂੰ ਸਵਾਲ ਦੇਵਾਂਗੇ ਬਣਾ ਕੇ ਜੇ ਤੁਸੀਂ ਹੁਣੇ ਸਵਾਲ ਦੇ ਜਾਂਦੇ ਤੇ ਸਿਆਸੀ ਰੈਲੀਆਂ ਰੋਕਣ ਦੀ ਜ਼ਰੂਰਤ ਹੀ ਨਾ ਪੈਂਦੀ ਨਹੀਂ ਉਹ ਪ੍ਰੀਮਚੂਰ ਹੈ ਅਸੀਂ ਹੁਣ ਹੁਣ ਅਸੀਂ ਉਹ ਕੰਟਰੋਵਰਸੀ ਨਹੀਂ ਕਰ ਸਕਦੇ ਹੁਣ ਕੱਲ ਵੀ ਅਸੀਂ ਡਿਸਾਈਡ ਕੀਤਾ ਸੀ ਵੀ ਪਾਰਟੀਆਂ ਨੂੰ ਜਿਹਨੂੰ ਬੁਲਾਵਾਂਗੇ ਤਾਂ ਉਹਨਾਂ ਨੂੰ ਕੋਈ ਕੁਐਸਚਨ ਕਰੋ ਤਾਂ ਅਸੀਂ ਡਿਸਾਈਡ ਕੀਤਾ ਕਿ ਨਹੀਂ ਇੰਨੇ ਸ਼ਾਰਟ ਟਾਈਮ ਵਿੱਚ ਤੁਸੀਂ ਜੇ ਕੁਐਸਚਨ ਕਰੋ ਤਾਂ ਇੱਕ ਆਰਗੂਮੈਂਟ ਦੇ ਵਿੱਚ ਕਿ ਦੇਖੋ ਆਰਗੂਮੈਂਟ ਫਾਰ ਆਰਗੂਮੈਂਟ ਸਾਰਾ ਸਾਰਾ ਕੁਲੀਆ ਝੂਠਾ ਹੋਵੇ ਸੱਚਾ ਹੋਵੇ ਅਸੀਂ ਕੁਐਸਚਨ ਕਰਾਂਗੇ ਕੋਈ ਪੁੱਠਾ ਜਵਾਬ ਦੇਣਗੇ ਅਸੀਂ ਫੇਰ ਕਰਾਂਗੇ ਤਾਂ ਉਹਦਾ ਕੋਈ ਐਂਡ ਨਹੀਂ ਹੈ ਨਹੀਂ ਉਹਦਾ ਹੱਲ ਹੈਗਾ ਨਾ ਉਹਦਾ ਐਂਡ ਨਹੀਂ ਸੀ ਉਹਦਾ ਹੱਲ ਹੈਗਾ ਤੁਸੀਂ ਲਿਖ ਕੇ ਦੋ ਸਿਆਸੀ ਪਾਰਟੀਆਂ ਨੂੰ ਆਹ ਸਾਡੇ ਸਵਾਲਾਂ ਦਾ ਜਵਾਬ ਉਹ ਦਵਾਂਗੇ ਅਸੀਂ ਉਹ ਦਵਾਂਗੇ ਪਰ ਇਹ ਜਿਹੜਾ ਕੱਲ ਨੂੰ ਜਿਹੜੀ ਪ੍ਰਾਇੋਰਟੀ ਸਿਰਫ ਇਹ ਸੀ ਵੀ ਪੰਜਾਬ ਦਾ ਹਾਲਾਤ ਜਿਹੜਾ ਸ਼ਾਂਤੀ ਰਹੇ ਟਕਰਾਓ ਨਾ ਹੋਵੇ ਕਿਉਂਕਿ ਬੜੀ ਜਣਾ ਕਨਫਰੈਂਟ ਟਕਰਾਓ ਹੋ ਰਿਹਾ ਸੀ ਜਿਸ ਦਾ ਫਾਇਦਾ ਬੀਜੇਪੀ ਉਠਾ ਸਕਦੀ ਹੈ ਬੀਜੇਪੀ ਕਿਉਂਕਿ ਬਹੁਤੀ ਤਾਕਤ ਦੀ ਦਾਵੇਦਾਰ ਹੈ ਨਹੀਂ ਉਹ ਚਾਹੁੰਦੇ ਇਹ ਇਲੈਕਸ਼ਨ ਸਾਡੇ ਪਿੰਲੇ ਦਾ ਕੁਝ ਪੈਣਾ ਨਹੀਂ ਹੈ ਜਿਹੜਾ ਮੋਰਚਾ ਉਹ ਵੀ ਫੇਲ ਹੋ ਜੇ ਤੇ ਬਾਕੀ ਪਾਰਟੀਆਂ ਪਿੱਛੇ ਅੜਨ ਗਵਰਨਰ ਰੂਲ ਕਰਦੇ ਚਲ ਇਹ ਬੀਜੇਪੀ ਦਾ ਗੇਮ ਪਲਾਨ ਹੋ ਸਕਦਾ ਹੈ ਮੈਂ ਇੱਕ ਹੋਰ ਛੋਟਾ ਬ੍ਰੇਕ ਲਵਾਂਗਾ ਪ੍ਰੇਮ ਸਿੰਘ ਪੰਗੂ ਤੋਂ ਹੋਰ ਵੀ ਸਵਾਲ ਹੋਣਗੇ ਸਵਾਲ ਇਹ ਵੀ ਹੋਵੇਗਾ 22 ਜਨਵਰੀ ਤੋਂ ਗੱਲਬਾਤ ਪੰਦ 11 ਬੈਠਕਾਂ ਰਸਮੀ ਹੋ ਚੁੱਕੀਆਂ ਨੇ ਇੱਕ ਗੈਰ ਰਸਮੀ ਬੈਠਕ ਹੋ ਚੁੱਕੀ ਹੈ ਉਸ ਤੋਂ ਬਾਅਦ ਡੈਡਲੌਕ ਹੈ ਇਸ ਡੈਡਲੌਕ ਦੇ ਵਿਚਾਲੇ ਪ੍ਰੇਮ ਸਿੰਘ ਪੰਗੂ ਨੇ ਉਥੇ ਵਿਗਿਆਨ ਭਵਨ ਚ ਬੜੇ ਸਵਾਲ ਚੁੱਕੇ ਸੀ ਇਹਨਾਂ ਤੋਂ ਪੁੱਛਾਂਗੇ ਕਿਹੜੇ ਸਵਾਲ ਪੁੱਛਦੇ ਸੀ ਜਿਸ ਕਰਕੇ ਸਰਕਾਰ ਗੁੱਸੇ ਹੋ ਕੇ ਗਾਲੀ ਕਢਦੀ ਵਾਪਸ ਆ ਰਹੇ ਇੱਕ ਵੇ ਫੇ ਤੁਹਾਡਾ ਸਵਾਦ ਕਰਦੇ ਹਾਂ ਤੇ ਪ੍ਰੇਮ ਸਿੰਘ ਪੰਗੂ ਵਕੀਲ ਸਾਡੇ ਨਾਲ ਮੌਜੂਦ ਹੈ ਕਿ ਇਹਨਾਂ ਨੇ ਕਿਸਾਨਾਂ ਦੀ ਦਲੀਲ ਹੈ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਵਿਗਿਆਨ ਭਵਨ ਚ ਰੱਖੀ ਹੈ ਪੰਗੂ ਸਾਹਿਬ ਕਿਹੜੀ ਗੱਲ ਉਥੇ ਕਹਤੀ ਸੀ ਤੁਸੀਂ ਸਰਕਾਰ ਤਾਂ ਨਾਰਾਜ਼ ਹੋ ਗਈ 22 ਜਨਵਰੀ ਤੋਂ ਬਾਅਦ ਗੱਲਬਾਤ ਹੀ ਨਹੀਂ ਕੀਤੀ ਚਿੱਠੀਆਂ ਵੀ ਤੁਸੀਂ ਲਿਖੀਆਂ ਕੋਈ ਜਵਾਬ ਨਹੀਂ ਕੀ ਕਿਹਾ ਸੀ ਤੁਸੀਂ ਅੰਦਰ ਦੇਖੋ ਇਸ ਤਰ੍ਹਾਂ ਵੀ ਜਿੰਨੇ ਗੇੜ ਦੀ ਗੱਲਬਾਤ ਹੋਈ ਤਿੰਨ ਚਾਰ ਮੀਟਿੰਗਸ ਤੋਂ ਬਾਅਦ ਸਰਕਾਰ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਕਿਸਾਨਾਂ ਨੇ ਕਾਨੂੰਨ ਪੜ੍ਹੇ ਨਹੀਂ ਕਾਨੂੰਨ ਬੜੇ ਅੱਛੇ ਨੇ ਖੇਤੀਬਾੜੀ ਰਿਫਾਰਮਸ ਨੇ ਤੁਸੀਂ ਕਾਨੂੰਨ ਪੜ੍ਹੇ ਨਹੀਂ ਤਾਂ ਉੱਥੇ ਅਸੀਂ ਕਿਹਾ ਕਿ ਤੁਸੀਂ ਇਹ ਨਾ ਸਮਝੋ ਵੀ ਕਿ ਨਾਂ ਕਿਸਾਨ ਹੈ ਜਿਹੜੋ ਅਨਪੜ੍ਹਨਾ ਕਿਸਾਨੋ ਪੜੇ ਲਿਖੇ ਵੀ ਹੈਗੇ ਜੇ ਤੁਸੀਂ ਇਹ ਸਮਝਦੇ ਹੋ ਵੀ ਕਾਨੂੰਨ ਪੜੇ ਨਹੀਂ ਤਾਂ ਤੁਸੀਂ ਵੀ ਪੜ ਕੇ ਆ ਜਾਓ ਅਸੀਂ ਪੜ ਕੇ ਆ ਜਾਵਾਂਗੇ ਇਸ ਤੇ ਖੁੱਲੀ ਬਹਿਸ ਕਰਦੇ ਮਾਰ ਕਰੀ ਜਿਹੜੀ ਅੰਤਮ ਗੱਲਬਾਤ ਜਿੱਥੇ ਟੁੱਟੀ ਹੈ ਤਾਂ ਸਾਡੀ ਬਹਿਸ ਤੋਂ ਬਾਅਦ ਅਸੀਂ ਦੋ ਮੀਟਿੰਗਸ ਵਿੱਚ ਕੀਤੀ ਉਸ ਨੂੰ ਪਹਿਲਾਂ ਬਿਲਕੁਲ ਆਊਟ ਰਾਈਟਲੀ ਅਸੀਂ ਇਹ ਜਿਸ ਤੋਂ ਐਟ ਦਾ ਆਊਟਸੈਟ ਅਸੀਂ ਕਿਹਾ ਵੀ ਇਹ ਕਾਨੂੰਨ ਅਨ ਕਨਸਟੀਟਿਊਸ਼ਨਲ ਹੈ ਤੁਸੀਂ ਇਹਨੂੰ ਬਣਾ ਨਹੀਂ ਸਕਦੇ ਕਿਉਂਕਿ ਐਗਰੀਕਲਚਰ ਸਟੇਟ ਸਬਜੈਕਟ ਹੈ ਕੰਕਰਨੈਂਟ ਲਿਸਟ ਦੇ ਵਿੱਚ ਤੁਸੀਂ ਐਂਟਰੀ 33 ਯੂਜ਼ ਕਰਕੇ ਨਹੀਂ ਬਣਾ ਸਕਦੇ ਇਸ ਤੇ ਆਰਗੂਮੈਂਟ ਵੀ ਦਿੱਤਾ ਤੇ ਕਨਸਟੀਟਿਊਸ਼ਨ ਪੜ੍ਹ ਕੇ ਵੀ ਸੁਣਾਇਆ ਉਹਨਾਂ ਨੂੰ ਵੀ ਪਹਿਲਾਂ ਇਸ ਦੀ ਗਲਤ ਹੈ ਦੂਜਾ ਸੀ ਕਿਹਾ ਵੀ ਜਿਸ ਦਾ ਆਬਜੈਕਸ਼ਨ ਐਂਡ ਰੀਜ਼ਨ ਉਹੀ ਗਲਤ ਨੇ ਤਾਂ ਫਿਰ ਕਾਨੂੰਨ ਪੜਨ ਦੀ ਅੱਗੇ ਲੋੜ ਨਹੀਂ ਜਿਹਦੇ ਵੀ ਤੁਸੀਂ ਸਪਸ਼ਟ ਪਹਿਲਾਂ ਹੀ ਲਿਖ ਦਿੱਤਾ ਕਿ ਅਸੀਂ ਖੇਤੀਬਾੜੀ ਤੇ ਪੈਸਾ ਨਹੀਂ ਲਾ ਸਕਦੇ ਪੈਸਾ ਅਦਾਨੀ ਤੇ ਬਾਨੀ ਲਾਣਗੇ ਗਵਰਨਮੈਂਟ ਦੇ ਹੱਥ ਖੜੇ ਹੈ ਖਜ਼ਾਨਾ ਖਾਲੀ ਹੈ ਖੇਤੀਬਾੜੀ ਨੂੰ ਪਬਲਿਕ ਇਨਵੈਸਟਮੈਂਟ ਚਾਹੀਦੀ ਹੈ ਨੰਬਰ 1 ਨੰਬਰ 2 ਕਿਹਾ ਕਿ ਜਿਹੜੇ 86% ਛੋਟੇ ਕਿਸਾਨ ਨੇ 2 ਤੋਂ 5 ਏਕੜ ਦੀ ਮਲਕੀ ਵਾਲੇ ਉਹਨਾਂ ਨੇ ਆਪਣੇ ਆਪ ਹੀ ਇਹ ਨਿਰਣਾ ਕਰ ਲਿਆ ਵੀ ਉਹਨਾਂ ਦੀ ਖੇਤੀਬਾੜੀ ਨਾਨ-ਪ੍ਰੋਫਿਟੇਬਲ ਹੈ ਹੁਣ ਉਹਨਾਂ ਨੂੰ ਖੇਤੀਬਾੜੀ ਤੋਂ ਆਊਟ ਹੋ ਜਾਣਾ ਚਾਹੀਦਾ ਬਾਹਰ ਹੋ ਜਾਣਾ ਚਾਹੀਦਾ ਇਸ ਲਈ ਉਹਨਾਂ ਦੀ ਇੰਟੈਂਸ਼ਨ ਕਿਤਨਾ ਕਿਤੇ ਸਾਫ਼ ਹੋ ਗਈ ਕਿ ਇਸ ਖੇਤੀਬਾੜੀ ਨੂੰ ਜਿਹੜੀ ਸੋਰਸ ਆਫ ਇੰਪਲॉयਮੈਂਟ ਵੀ ਹੈ ਸੋਰਸ ਆਫ ਫੂਡ ਵੀ ਹੈ ਫਾਰ ਦਾ ਵਸਟ ਪੀਪਲ ਆਫ ਇੰਡੀਆ ਇੰਨੇ ਤੁਸੀਂ ਵੱਡੇ ਲੋਕਾਂ ਨੂੰ 86% ਨੂੰ 80% ਨੂੰ ਖੇਤੀਬਾੜੀੋਂ ਕੱਢ ਦੋਗੇ ਵਿਦਆਊਟ ਗਿਵਿੰਗ them ਐਨੀ ਅਲਟਰਨੇਟਿਵ ਏਮਪਲॉयਮੈਂਟ ਤਾਂ ਲੋਕ ਕਿੱਥੇ ਜਾਣਗੇ ਅਨਾਜ ਦਾ ਵੀ ਸੰਕਟ ਪੈਦਾ ਹੋਣਾ ਹੈ ਬੇਰਜ਼ਗਰੀ ਬੇਚ ਤੋਂ ਪਹਿਲਾਂ ਇਹ ਦੋਏ ਜਿਸ ਦੇ ਆਬਜੈਕਟਸ ਹੀ ਕਾਨੂੰਨਾਂ ਦੇ ਗਲਤ ਨੇ ਔਰ ਪਹਿਲਾ ਉਹ ਕਾਨੂੰਨ ਹੀ ਅਨਕਨਸਟਿਟਿਊਸ਼ਨਲ ਹੈ ਫਿਰ ਉਹਨਾਂ ਨੂੰ ਅੱਗੇ ਪੜਨ ਦੀ ਲੋੜ ਨਹੀਂ ਅਸੀਂ ਇਸ ਗਲਤ ਤੇ ਬੜਾ ਘੇਰਾ ਹੈ ਉਹਨਾਂ ਨੂੰ ਤਾਂ ਫਿਰ ਵੀ ਉਹਨਾਂ ਨੇ ਕਿਹਾ ਕਿ ਨਹੀਂ ਜੀ ਕਲਾਜ਼ ਵਾਈਜ਼ ਡਿਸਕਸ ਕਰੋ ਅਸੀਂ ਕਲਾਜ਼ ਵਾਈਜ਼ ਵੀ ਡਿਸਕਸ ਕੀਤਾ ਇੱਕ ਇੱਕ ਪੁਆਇੰਟ ਦੇ ਡਿਸਕਸ ਕੀਤਾ ਇੱਕ ਇੱਕ ਐਕਟ ਦਾ ਦੱਸਿਆ ਵੀ ਇਹ ਗਲਤ ਹੈ ਇਹ ਗਲਤ ਹੈ ਤਾਂ ਇਸ ਤੋਂ ਬਾਅਦ ਵੀ ਸਰਕਾਰ ਇਸ ਗੱਲ ਤੋਂ ਪਰਾਈ ਸੀ ਵੀ ਦੇਖੋ ਜੀ 11 ਬਿੰਦੂ ਜਿਹੜੇ 11 ਬਿੰਦੂ ਗਲਤ ਨੇ ਅਸੀਂ 11 ਬਿੰਦੂ ਠੀਕ ਕਰ ਦਿੰਦੇ ਜਿਨੂੰ ਤੋ ਮਰਜ਼ੀ ਕਹਿੰਦੇ ਬਿੰਦੂ ਪੁਆਇੰਟ ਵੀ ਇਹ ਠੀਕ ਕਰ ਦਿੰਦੇ ਤਾਂ ਉਹਦੇ ਵਿੱਚ ਉਹ ਐਮੈਂਡਮੈਂਟ ਲੈਣਾ ਚਾਹੁੰਦੇ ਸੀ ਇਸమే ਐਮੈਂਡ ਕਰਦੇ ਉਸ ਨੂੰ ਐਮੈਂਡ ਕਰ ਦਿੰਦੇ ਅਸੀਂ ਕਿਹਾ ਐਮੈਂਡਮੈਂਟ ਕਰਨ ਨਾਲ ਜਿਹੜਾ ਕਾਨੂੰਨ ਹੈ ਤੁਸੀਂ ਬੜੇ ਗੁੱਸੇ 'ਚ ਆ ਗਏ ਸੀ ਉੱਥੇ ਹਾਂ ਇਹ ਕਾਨੂੰਨ ਹੈ ਜਿਹੜਾ ਇਹ ਇਹ ਕਾਨੂੰਨ ਨਹੀਂ ਖਤਮ ਹੁੰਦਾ ਹੈ ਕਾਨੂੰਨ ਦਾ ਰੰਦੇ ਕਾਨੂੰਨ ਮੀਨਸ ਵੀ ਤੁਸੀਂ ਇੱਕ ਤਾਂ ਐਂਟੀ ਫੈਡਰਲਿਜ਼ਮ ਹੈ ਤੁਸੀਂ ਸੂਬਿਆਂ ਦੇ ਅਧਿਕਾਰ ਖੋਲੇ ਆ ਸੈਂਟਰ ਨੇ ਕਾਨੂੰਨ ਬਣਾ ਲਿਆ ਹੁਣ ਤੁਸੀਂ ਤਿੰਨ ਕਾਨੂੰਨ ਬਣਾਏ ਜੇ ਇਹ ਅਸੀਂ ਰਹਿਣ ਦੀ ਹੈ ਤਾਂ ਅੱਗੇ ਨੂੰ ਸੈਂਟਰ ਪਤਾ ਨਹੀਂ ਕਿੰਨੇ ਕਾਨੂੰਨ ਬਣਾਏਗਾ ਨੰਬਰ 1 ਨੰਬਰ 2 ਤੁਸੀਂ ਇੱਕ ਪੈਰਲਲ ਸਿਸਟਮ ਬਣਾ ਲਿਆ ਭਾਵੇਂ ਫਰ ਦਾ ਟਾਈਮ ਬੀਂਗ ਤੁਸੀਂ ਕਹਿੰਦੇ ਪੈਰਲਲ ਮੰਡੀਆਂ ਦੇ ਵਿੱਚ ਅਸੀਂ ਉਹਨੂੰ ਟੈਕਸ ਵੀ ਲਾ ਦਾਂਗੇ ਲਾਇਸੈਂਸ ਵੀ ਲਾ ਦਾਂਗੇ ਇਹ ਵੀ ਕਰਦੇ ਕਹਦੇ ਪਰ ਇਹਦਾ ਲੌਂਗ ਰਨ ਪ੍ਰਾਈਵੇਟ ਸੈਕਟਰ ਜਿਸ ਤੋਂ ਪਬਲਿਕ ਸੈਕਟਰ ਨੂੰ ਫੇਲ ਕਰਦਾ ਹੈ ਨਾ ਇਨ ਦਾ ਲੌਂਗ ਰਨ ਥੋਡੀਆਂ ਪ੍ਰਾਈਵੇਟ ਮੰਡੀਆਂ ਸਰਕਾਰੀ ਮੰਡੀਆਂ ਨੂੰ ਫੇਲ ਕਰਨਗੀਆਂ ਸੋ ਅਸੀਂ ਇਹ ਅਲਾਉ ਨਹੀਂ ਕਰਨਾ ਚਾਹੁੰਦੇ ਕਿ ਤੁਸੀਂ ਇੱਕ ਪੈਰਲਲ ਪ੍ਰਾਈਵੇਟ ਸਿਸਟਮ ਬਣਾਓ ਤੁਸੀਂ ਫੈਡਰਲ ਜਿਹੜਾ ਐਗਰੀਕਲਚਰ ਚ ਤੁਸੀਂ ਫੈਡਰਲਿਜ਼ਮ ਵਾਲਾ ਸਵਾਲ ਕੀਤਾ ਇਸ ਕਰਕੇ ਸਰਕਾਰ ਨਾਰਾਜ਼ ਹੈ ਫੈਡਰਲਿਜ਼ਮ ਵਾਲਾ ਕੀਤਾ ਹਾਂ ਕਿਉਂਕਿ ਉਹ ਕਨਸਟੀਟਿਊਸ਼ਨਲ ਸਵਾਲ ਤੇ ਨਾ ਸੀ ਇਸ ਤੇ ਬਾਰ ਬਾਰ ਸਾਨੂੰ ਕਹਿੰਦੇ ਸੀ ਉਹ ਕਿ ਵੰਗੂ ਤੋਂ ਹਾਈ ਕੋਰਟ ਦਾ ਵਕੀਲ ਹੈ ਆਪ ਸਮੀ ਸੁਪਰੀਮ ਕੋਰਟ ਮੇ ਰਿਟ ਕਰ ਦਿਓ ਉੱਥੋਂ ਜਾ ਕੇ ਇਸ ਨੂੰ ਸੈਟਸਾਈਡ ਕਰਾ ਲਓ ਅਸੀਂ ਕਿਹਕੇ ਨਹੀਂ ਸੁਪਰੀਮ ਕੋਰਟ ਨੇ ਕਾਨੂੰਨ ਨਹੀਂ ਬਣਾਇਆ ਇਹ ਕਾਨੂੰਨ ਬੀਜੇਪੀ ਸਰਕਾਰ ਨੇ ਬਣਾਇਆ ਪਾਰਲੀਮੈਂਟ ਨੇ ਬਣਾਇਆ ਤਾਂ ਲੱਗਦਾ ਕਿ ਸੁਪਰੀਮ ਕੋਰਟ ਪਈ ਕੇ ਤੁਹਾਨੂੰ ਫਸਾਉਣਾ ਚਾਹੁੰਦੇ ਸੀ ਤੁਹਾਨੂੰ ਹੋ ਲੱਗਦਾ ਸੁਪਰੀਮ ਕੋਰਟ ਦਾ ਇਹ ਵੀ ਤੁਸੀਂ ਜਾ ਕੇ ਉਸ ਨੂੰ ਇੱਕ ਵਾਰੀ ਕੋਲਡ ਸਟੋਰ ਚ ਲਾ ਦਿਓ ਸੁਪਰੀਮ ਕੋਰਟ ਜਾਓ ਪਟੀਸ਼ਨ ਕਰੋ ਉਹਨਾਂ ਨੇ ਪਟੀਸ਼ਨ ਐਡਮਿਟ ਕਰ ਦੇਣੀ ਹੈ ਤੇ ਸੁਣਵਾਈ ਉਸ ਦੇ ਕਈ ਸਾਲ ਨਹੀਂ ਕਰਨੀ ਹੈ ਤੇ ਹੁਣ ਜਿਹੜੀ ਕਮੇਟੀ ਨੇ ਰਿਪੋਰਟ ਦਿੱਤੀ ਹੈ ਉੱਥੇ ਉਹਨੂੰ ਜਨਤਾ ਜਨਤਾ ਕਰਨ ਦੀ ਡਿਮਾਂਡ ਉਹ ਕਮੇਟੀ ਵੀ ਕਿਸ ਨੇ ਉਹ ਨਹੀਂ ਕੀਤੀ ਜਦੋਂ ਕਮੇਟੀ ਬਣਾਉਂਦੇ ਸੀ ਉਸ ਦਾ ਉਸੇ ਟਾਈਮ ਕਿਹਾ ਸੀ ਵੀ ਵੀ ਡੋਨਟ ਐਗਰੀ ਵਿਦ ਸੱਚ ਕਮੇਟੀ ਉਹ ਕਮੇਟੀ ਰਿਪੋਰਟ ਸਾਡੀ ਫੇਵਰ ਨਹੀਂ ਅਸੀਂ ਅਸੀਂ ਉਸ ਦਾ ਸਾਡਾ ਕੋਈ ਸਮਰਥਨ ਨਹੀਂ ਹੈ ਉਹ ਫਿਰ ਵੀ ਇਹਨਾਂ ਨੇ ਬਣਾਈ ਜੇ ਉਹ ਜਨਤਕ ਹੁੰਦੀ ਹੈ ਤੇ ਫਿਰ ਤੁਹਾਡੇ ਤੇ ਕੀ ਇੰਪੈਕਟ ਪਊਗਾ ਨਹੀਂ ਅਸੀਂ ਨੂੰ ਮੰਨਦੇ ਨਹੀਂ ਅਸੀਂ ਜਦੋਂ ਪਹਿਲੇ ਉਸ ਦੀ ਬਣਨ ਤੋਂ ਪਹਿਲੇ ਹੀ ਕਿਹਾ ਵੀ ਅਸੀਂ ਕਿਸੇ ਕਮੇਟੀ ਨੂੰ ਮੰਨਦੇ ਨਹੀਂ ਸੁਪਰੀਮ ਕੋਰਟ ਦੀ ਉਹ ਬਣਾਓ ਜਾਂ ਨਾ ਬਣਾਓ ਨਾਲ ਅਸੀਂ ਜ਼ਰ ਪਾਰਟਿਸਪੇਟ ਕਰਨਾ ਹੈ ਕਿਉਂਕਿ ਉਹ ਤਾਂ ਸਾਨੂੰ ਕੰਪੈਲ ਕਰਦੇ ਹਾਂ ਤੁਸੀਂ ਨਮਾਇਦੇ ਉਸ ਪਾਰਟਿਸਪੇਟ ਕਰੋ ਅਸੀਂ ਅਸੀਂ ਨਹੀਂ ਪਾਰਟਿਸਪੇਟ ਕਰਨਾ ਕੱਲ ਨੂੰ ਸੁਪਰੀਮ ਕੋਰਟ ਕੋਈ ਐਸਾ ਐਡਵਰਸ ਆਰਡਰ ਕਰੇ ਉਹ ਸਾਡੇ ਦੇ ਬਾਈਂਡਿੰਗ ਹੋਵੇ ਨਾਸੀਂ ਮੰਨਦੇ ਹਾਂ ਸੁਪਰੀਮ ਕੋਰਟ ਨੂੰ ਪਹਿਲਾਂ ਕਿੰਨੇ ਕਿਤੇ ਸਾਡੇ ਨਹੀਂ ਸੁਪਰੀਮ ਕੋਰਟ ਸੂ ਮੋਟਰ ਨਹੀਂ ਲੈ ਸਕਦਾ ਇਸ ਮੁੱਦੇ ਤੇ ਸੂ ਮੋਟਰ ਲੈ ਸਕਦਾ ਸੁਪਰੀਮ ਕੋਰਟ ਸਭ ਤੋਂ ਵੱਡੀ ਅਦਾਲਤ ਹੈ ਜਦੋਂ ਸੁਪਰੀਮ ਕੋਰਟ ਨੂੰ ਇਹ ਪਤਾ ਹੈ ਵੀ ਕਾਨੂੰਨ ਅਨਕਨਸਟੀਟਿਊਸ਼ਨਲ ਹੈ ਸਭ ਤੋਂ ਵੱਡੀ ਕਨਸਟੀਟਿਊਸ਼ਨ ਦੀ ਇੰਟਰਪ੍ਰੀਟੇਸ਼ਨ ਸੁਪਰੀਮ ਕੋਰਟ ਤੋਂ ਉੱਪਰ ਤਾਂ ਕੋਈ ਨਹੀਂ ਹੈ ਜੇ ਉਹਨਾਂ ਨੂੰ ਇਹ ਪਤਾ ਹੈ ਤਾਂ ਉਹ ਸੂ ਮੋਟਰ ਨੂੰ ਸੈਟਸਾਈਡ ਵੀ ਕਰ ਸਕਦੇ ਆ ਉਹ ਪਰ ਸੁਪਰੀਮ ਕੋਰਟ ਵੀ ਕਿਤੇ ਨਾ ਕਿਤੇ ਉਹ ਸਰਕਾਰਾਂ ਵੱਲ ਦੇਖਦੇ ਆ ਲੈਜਿਸਲੇਟਿਵ ਪਾਲਿਸੀ ਹੈ ਇਹ ਪਾਲਿਸੀ ਹੈ ਉਹ ਇਸ ਤਰ੍ਹਾਂ ਦਾ ਥੋੜਾ ਰੈਸਟੇ ਨਹੀਂ ਕਰਦੇ ਸੁਪਰੀਮ ਕੋਰਟ ਡਾਇਰੈਕਟ ਆਰਡਰ ਕਰਨ ਤੋਂ ਇਸ ਲਈ ਸਰਕਾਰ ਥੋੜੀ ਗੁੱਸੇ ਸੀ ਵੀ ਤੁਸੀਂ ਇਹ ਪੁਆਇੰਟ ਕਿਉਂ ਉਠਾਉਂਦੇ ਹੋ ਬਾਰ-ਬਾਰ ਇਹ ਇੱਕ ਸਵਾਲ ਹੋ ਰਿਹਾ ਤੁਸੀਂ ਸਿਆਸੀ ਪਾਰਟੀਆਂ ਤੋਂ ਚੋਣਨੇ ਕਿਉਂ ਤੁਸੀਂ ਮੋਰਚਾ ਲਗਾਤਾਰ ਚਲਾ ਰਹੇ ਹੋ ਸਿਆਸੀ ਪਾਰਟੀਆਂ ਫੈਡਰਲism ਦੀ ਗੱਲ ਉਸ ਲੈਵਲ ਤੇ ਨਹੀਂ ਕਰਦੀ ਜਿਸ ਲੈਵਲ ਤੇ ਤੁਸੀਂ ਕਰਦੇ ਹੋ ਤੁਸੀਂ ਸਿਆਸੀ ਪਾਰਟੀ ਤੋਂ ਹੁਣ ਕੀ ਚਾਹੁੰਦੇ ਹੋ ਇੱਕ ਵੱਖਰਾ ਮੋਰਚਾ ਲਾ ਕੇ ਬਹਿ ਜਾਣ ਉੱਥੇ ਜਾਂ ਇੱਕ ਸਰਬ ਪਾਰਟੀ ਵਫਤ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਕੀ ਚਾਹੁੰਦੇ ਹੋ ਤੁਸੀਂ ਦੇਖੋ ਜਦੋਂ ਸਿਆਸੀ ਪਾਰਟੀਆਂ ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਤਾਂ ਮੋਰਚੇ ਦੀ حمایتੀਆਂ ਹਾਂ ਹਾਂ ਆ ਕੱਲ ਵੀ ਮੀਟਿੰਗ ਨੂੰ ਸਾਨੂੰ ਅਕਾਲੀਆਂ ਨੇ ਵੀ ਕਿਹਾ ਕਾਂਗਰਸ ਨੇ ਵੀ ਕਿਹਾ ਵੀ ਦੇਖੋ ਜੀ ਤੁਸੀਂ ਕੋ ਉਸ ਜਿੰਨੇ ਮਰਜੀ ਜਥੇ ਉੱਥੇ ਭੇਜਦੀ ਐ ਅਸੀਂ ਉੱਥੇ ਲੰਗਰ ਵੀ ਲਾਏ ਅਸੀਂ ਉੱਥੇ ਉਹ ਚੀਜ਼ ਵੀ ਲਾਈ ਸਾਡੇ ਵਰਕਰ ਵੀ ਉੱਥੇ ਜਾਂਦੇ ਨੇ ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਰੋਕਿਆ ਨਹੀਂ ਸਾਡਾ ਇਹ ਤਾਂ ਹੈ ਵੀ ਤੁਸੀਂ ਸਾਡੀ ਸਟੇਜ ਤੇ ਨਾ ਆਓ ਉੱਥੇ ਬੋਲੋ ਨਾ ਪਾਰਟਿਸਪੇਟ ਨਾ ਕਰੋ ਕਿਉਂਕਿ ਗਵਰਨਮੈਂਟ ਸਾਨੂੰ ਇਹ ਕਹੂਗੀ ਵੀ ਇਹ ਲੋਕ ਕਿਸਾਨ ਨਹੀਂ दे आर पॉलिटिकली मिसगाइडेड पीपल ਉਹ ਤਾਂ ਹੁਣ ਵੀ ਇਹ ਪੀਡੀ ਪਾਰਟੀ ਉਹ ਕਹਿਣ ਉਹ ਹੁਣ ਵੀ ਕਹਿੰਦੇ ਨਾਲ ਸੀ ਬਣਨਾ ਨਹੀਂ ਉਹ ਕਹਿਣਗੇ ਇਸ ਲਈ ਉਸ ਤੋਂ ਅਸੀਂ ਵਿਚਾਰ ਰੱਖਿਆ ਪਰ ਇਹ ਤਾਂ ਅਸੀਂ ਕਦੇ ਨਹੀਂ ਕਿਹਾ ਤੁਹਾਨੂੰ ਵੀ ਤੁਸੀਂ ਜਾ ਕੇ ਇੰਡੀਪੈਂਡੈਂਟ ਕੋ ਲੜਾਈ ਨਾ ਲੜੋ ਤੁਸੀਂ ਇਲੈਕਸ਼ਨ ਲਈ ਤਾਂ ਪਿੰਡਾਂ ਜਾਂਦੇ ਹੋ ਤੁਸੀਂ ਮੋਰਚੇ ਦੇ ਹੱਕ ਦੇ ਵਿੱਚ ਕਾਨੂੰਨਾਂ ਦੇ ਖਿਲਾਫ ਤੁਸੀਂ ਇੰਡੀਪੈਂਡੈਂਟਲੀ ਫੈਸਲੇ ਕਰੋ ਜਾ ਕੇ ਦਿੱਲੀ ਪਾਰਲੀਮੈਂਟ ਦੇ ਕਿ ਧਰਨਾ ਲਾਓ ਤੁਸੀਂ ਕਿਉਂ ਨਹੀਂ ਜਾਂਦੇ ਕੋਈ ਐਜੀਟੇਸ਼ਨ ਕਰੋ ਕਿਉਂ ਨਹੀਂ ਜਾਂਦੇ ਉਹਨਾਂ ਨੂੰ ਜਾਣਾ ਚਾਹੀਦਾ ਹੈ ਕਿਉਂ ਨਹੀਂ ਜਾਂਦੇ ਉਹਨਾਂ ਦੀ ਉਹਨਾਂ ਦੀ ਆਪਣੇ ਉਹਨਾਂ ਤੋਂ ਇੱਕ ਕੁਐਸਚਨ ਪੁੱਛਦੇ ਨੇ ਆਪਣੀ ਮਜਬੂਰੀ ਹੋ ਸਕਦੀ ਹੈ ਮੈਂ ਤਾਂ ਬਹੁਤ ਅੱਗੇ ਪੁੱਛਿਆ ਹਾਂ ਹਾਂ ਕੋ ਜਵਾਬ ਨਹੀਂ ਆਉਂਦਾ ਉਹ ਕਹਿੰਦੇ ਕਿਸਾਨਾਂ ਰੋਕਿਆ ਹੋਇਆ ਤੇ ਇਸ ਲਈ ਲੋਕਾਂ ਦਾ ਗੁੱਸਾ ਉਹਨਾਂ ਦੇ ਖਿਲਾਫ ਹੈ ਹਾਂ ਲੋਕਾਂ ਨੂੰ ਪਿੰਡਾਂ ਚ ਵੀ ਬਣਦੇ ਪਿੰਡਾਂ ਚ ਥੋੜੀ ਜਾਣਕਾਰੀ ਲਈ ਸ਼ੁਰੂ ਹੋ ਗਿਆ ਬੋਰਡ ਲੱਗਣਾ ਪਿੰਡਾਂ ਦੇ ਵਿੱਚ ਮੇਰੇ ਰਾਜਪੁਰੇ ਕੋਲ ਤਾਂ ਕਿੰਨੇ ਪਿੰਡਾਂ ਚ ਲੱਗੇ ਬਿਠਿੰਡਾ ਸੰਗਰੂਰ ਚ ਲੱਗੇ ਵੀ ਸਿਆਸੀ ਪਾਰਟੀਆਂ ਦਾਖਲਾ ਪਿੰਡਾਂ ਚ ਮਨਾ ਹੈ ਇਹਦਾ ਕਾਰਨ ਕੀ ਹੈ ਅਸੀਂ ਤਾਂ ਨਹੀਂ ਆ ਗਿਆ ਕਿਸੇ ਨੂੰ ਲੜਨ ਨੂੰ ਕਿਉਂਕਿ ਲੋਕਾਂ ਨੂੰ ਇਹ ਪਤਾ ਚੱਲ ਗਿਆ ਵੀ ਇਹ ਸਿਆਸੀ ਪਾਰਟੀਆਂ ਨੇ ਸਾਡੇ ਲਈ ਕੁਝ ਨਹੀਂ ਕੀਤਾ ਬਦਲ ਕੇ ਪੰਚ ਸਭਾ ਕਾਂਦਰਸ ਆਉਂਦੀ ਹੈ ਫਿਰ ਅਕਾਲੀ ਦਲ ਆ ਜਾਂਦੇ ਨੇ ਉਹੀ ਰਮੀਲੇ ਪ੍ਰੋਗਰਾਮ ਦਾ ਇੰਪਲੀਮੈਂਟੇਸ਼ਨ ਕਿਸੇ ਦੇ ਨਹੀਂ ਵੋਟਾਂ ਲੈਣ ਦੇ ਵਾਰ ਭੁੱਲ ਜਾਂਦੇ ਆ ਮੈਨੀਫੈਸਟੋ ਨੂੰ ਪਿਛਲੇ 6 ਮਹੀਨਿਆਂ ਦੇ ਵਿੱਚ ਮੈਨੀਫੈਸਟੋ ਯਾਦ ਆਉਂਦਾ ਸਾਢੇ 4 ਸਾਲ ਮੈਨੀਫੈਸਟੋ ਯਾਦ ਨਹੀਂ ਆਉਂਦਾ ਹੁਣ ਮੈਨੀਫੈਸਟੋ ਹੁਣ ਮੈਨੀਫੈਸਟੋ ਯਾਦ ਆ ਤੁਸੀਂ ਬਣਵਾਉਂਗੇ ਮੈਨੀਫੈਸਟੋ ਹੁਣ ਮੈਨੀਫੈਸਟੋ ਯਾਦ ਆ ਰਹੇ ਆ ਤੁਸੀਂ ਬਣਵਾਉਂਗੇ ਮੈਨੀਫੈਸਟੋ ਨਹੀਂ ਮੈਨੀਫੈਸਟੋ ਉਹਨਾਂ ਨਾਲ ਮੜਾ ਜਿਹਨਾਂ ਨੂੰ ਵੋਟਾਂ ਲੈਣੀਆਂ ਪਰ ਅਸੀਂ ਤਾਂ ਇਹ ਕਿਹਾ ਕਿ ਬਣਾਓ ਉਹ ਜਿਹਨੂੰ ਅਸੀਂ ਲਾਗੂ ਕਰ ਸਕੋ ਹੋਰ ਇਹ ਦੱਸੋ ਤੁਹਾਡੇ ਕੋਲ ਰਿਸੋਰਸਸ ਕਿਹਨਾਂ ਲਾਗੂ ਕਰਦੇ ਐਸੇ ਵਾਦੇ ਕਰਜ਼ਾ ਇਹ ਲੱਖ ਕਰੋੜ ਦਾ ਠੀਕ ਹੈ ਨਾ ਵੀ ਇਹ ਪੈਸੇ ਕਿੱਥੋਂ ਆਣਗੇ ਪੈਸਾ ਲੋਕਾਂ ਦੀ ਜੇਬਾਂ ਦੇ ਵਿੱਚੋਂ ਜਾਣਾ ਹੈ ਗਲਤ ਵਾਦੇ ਕਰਕੇ ਵੋਟਾਂ ਤੁਸੀਂ ਲੈਣੀਆਂ ਤਾਂ ਐਸੇ ਵਾਦੇ ਨਾ ਕਰੋ ਉਹ ਕਰੋ ਜਿਹੜੇ ਤੁਸੀਂ ਲਾਗੂ ਕਰ ਸਕੋ ਇੱਕ ਆਖਰੀ ਸਵਾਲ ਕਰਨਾਲ ਕਾਂਡ ਤੇ ਮੋਗਾ ਕਾਂਡ ਚ ਫਰਕ ਕੀ ਸਮਝਦੇ ਤੁਸੀਂ ਦੇਖੋ ਮੋਗਾ ਕਾਂਡ ਤਾਂ ਪੰਜਾਬ ਦੇ ਉਸ ਸਥਿਤੀ ਚੋਂ ਨਿਕਲਿਆ ਜਦੋਂ ਮੈਂ ਬਿਆਨ ਕੀਤਾ ਪਹਿਲਾਂ ਪੰਜਾਬ ਦੇ ਲੋਕਾਂ ਦਾ ਗੁੱਸਾ ਹੈ ਜੇ ਕੋਈ ਕੰਪੇਨ ਕਰੂਗਾ ਉਸ ਤੋਂ ਪਹਿਲਾਂ ਤਾਂ ਲੋਕ ਸਮਝਦੇ ਨੇ ਵੀ ਸਾਡੇ ਮੋਰਚੇ ਨੂੰ ਨੁਕਸਾਨ ਕਰਦਾ ਥੜੇ ਹੁੰਦੀ ਹੁੰਦੀ ਹੈ ਇਸੇ ਲੋਕ ਸਵਾਲ ਕਰਦੇ ਨੇ ਇਹ ਟਕਰਾ ਆ ਵੀ ਸਕਦਾ ਉਹ ਟਕਰਾ ਟਾਲਣ ਲਈ ਅਸੀਂ ਕੱਲ ਕੋਸ਼ਿਸ਼ ਕੀਤੀ ਆ ਬੁਲਾ ਕੇ ਸਾਰੀ ਪਾਰਟੀਆਂ ਸੁਣਿਆ ਕਰਨਾਲ ਕਰਨਾਲ ਸੀਐਮ ਦਾ ਪ੍ਰੋਗਰਾਮ ਸੀ ਰੱਖਿਆ ਹੋਇਆ ਤੇ ਲੋਕ ਉੱਥੇ ਪਿੱਛੇ ਜਿਹੜਾ ਟੋਲ ਬਲਾਇਰਸ ਤੇ ਇਕੱਠੇ ਸੀ ਸਾਰੇ ਕਿਸਾਨ ਇਕੱਠੇ ਹੋ ਕੇ ਪੀਸਫੁਲੀ ਕਰਨਾਲ ਜਾਣਾ ਚਾਹੁੰਦੇ ਸੀ ਕਿ ਅਸੀਂ ਪੀਸਫੁਲੀ ਪ੍ਰੋਟੈਸਟ ਕਰਾਂਗੇ ਕਾਲੇ ਝੰਡੇ ਦਿਖਾਵਾਂਗੇ ਉਹਨਾਂ ਨੂੰ ਉੱਥੋਂ ਜਾਣ ਨਹੀਂ ਦਿੱਤਾ ਗਿਆ ਤੇ ਸਭ ਤੋਂ ਵੱਡੀ ਗੱਲ ਜਿਹੜਾ ਐਸਡੀਐਮ ਮੌਕੇ ਤੇ ਅਸੀਂ ਉਹਨਾਂ ਕੀਤੀ ਮੈਂ ਕਹੂੰਗਾ ਵੀ ਉਸਨੇ he has overstepped his jurisdiction قانون ਅਨਸਾਰ ਕੋਈ ਵੀ ਲਾਉਨਡਟ ਦੀ ਪ੍ਰੋਬਲਮ ਹੁੰਦੀ ਹੈ ਜਿਹੜਾ ਮੌਕੇ ਤੇ ਅਫਸਰ ਹੈ ਕੋਈ ਐਸ ਡੀ ਐਮ ਹੈ ਡੀ ਸੀ ਹੈ ਵਾਟ ਏਵਰ ਤਾਂ ਉਹ ਇਹ ਕਹਿ ਸਕਦਾ ਜਦੋਂ ਹਾਲਾਤ ਹੋਣ ਵੀ ਯੂਜ਼ ਦਾ ਫੋਰਸ ਸਾਡੀ ਸੀ ਆਰ ਪੀ ਸੀ ਕਹਿੰਦੀ ਹੈ ਵੀ ਯੂਜ਼ ਫੋਰਸ ਉਹ ਇਹ ਨਹੀਂ ਕਹਿ ਸਕਦਾ ਕਿ ਬ੍ਰੇਕ देयर ਹੈਡਸ ਇਹ ਨਹੀਂ ਕਹਿ ਸਕਦਾ ਉਸ ਨੇ ਆਪਣੇ ਜੂਰੀਡਿਕਸ ਨੂੰ ਬਾਹਰ ਗਿਆ ਜਿਨ੍ਹਾਂ ਜਾ ਕੇ ਵੀਡੀਓ ਤੁਸੀਂ ਸੁਣਿਆ ਕਿ ਕਿਸਾਨਾਂ ਦੇ ਸਿਰਫ ਓੜ ਦੋ ਕਿਸਾਨਾਂ ਦੇ ਸਿਰ ਤੋੜ ਦਿਓ ਇਹ ਗਲਤ ਹੈ ਇਸ ਲਈ ਕਿਸਾਨਾਂ ਦਾ ਗੁੱਸਾ ਸੀ ਉਹਨਾਂ ਨੇ ਕਿਸ ਤਰ੍ਹਾਂ ਭੱਜ ਭੱਜ ਕੇ ਖੇਤਾਂ ਤੱਕ ਤੁਸੀਂ ਜੇ ਡਿਸਪਰਸ ਕਰਨਾ ਹੈ ਮੌਬ ਨੂੰ ਮਾਈਲ ਲਾਠੀ ਚਾਰਜ ਕਰਕੇ ਵੀ ਡਿਸਪਰਸ ਕਰ ਸਕਦੇ ਹੋ ਨਾ ਕਿ ਖੇਤਾਂ ਨੂੰ ਪਿੱਛਾ ਕਰਕੇ ਦੁਸ਼ਮਣਾਂ ਤੋਂ ਉਹਨੂੰ ਕੁੱਟੋ ਮਾਰੋ ਉਸ ਐਸ ਡੀ ਐਮ ਨੂੰ ਇਹੀ ਮੰਗ ਕੀਤੀ ਸੀ ਇਹ ਮੰਗ ਮਿਨੀਮਮ ਹੈ ਜਿਸ ਨੇ ਏਡੀ ਵੱਡੀ ਆਪਣੀ ਜਰਡਿਕਸ਼ਨ ਕ੍ਰੋਸ ਕੀਤੀ ਹੈ ਕਾਨੂੰਨ ਦੇ ਖਿਲਾਫ ਉਹ ਬੋਲਿਆ ਉਸ ਨੂੰ ਘਟੋ ਘਟ ਸਸਪੈਂਡ ਕਰੋ ਇਨਕੁਆਇਰੀ ਮਾਰਕ ਕਰੋ ਔਰ ਉਸ ਨੂੰ ਤੋਂ ਉਹਦੇ ਖਿਲਾਫ ਪਰਚਾ ਵੀ ਦਰਜ ਕਰੋ ਕਰਨਾਲ ਕਰਨਾਲ ਤੁਸੀਂ ਕਹਿ ਰਹੇ ਸੀ ਫਤਿਹ ਫਤਿਹ ਹੋ ਗਿਆ ਤੁਸੀਂ ਕਹਿ ਰਹੇ ਹੋ ਕਰਨਾਲ ਫਤਿਹ ਦਾ ਅਸਰ ਦਿੱਲੀ ਮੋਰਚੇ ਤੇ ਪਾਊਗਾ ਸਰਕਾਰ ਤੁਹਾਡੀ ਮੰਗ ਮੰਨੂਗੀ ਸਰਕਾਰ ਤੁਹਾਡੇ ਨਾਲ ਗੱਲਬਾਤ ਕਰੂਗੀ ਜਾਂ ਨਹੀਂ ਲੱਗਦਾ ਹਜੇ ਦੇਖੋ ਕਿ ਦਵਾ ਹੈ ਹਰਿਆਣੇ ਚ ਬੀਜੇਪੀ ਸਰਕਾਰ ਹੈ ਜੇ ਹਰਿਆਣੇ ਦੇ ਵਿੱਚ ਮੁੱਖ ਮੰਤਰੀ ਖੱਟਰ ਦਾ ਕਿਸਾਨਾਂ ਦੇ ਦੋ ਤਿੰਨ ਥਾਵਾਂ ਦੇ ਉਹਦਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ ਔਰ ਪੰਜਾਬ ਤੋਂ ਬਾਅਦ ਹਰਿਆਣੇ ਚ ਮੂਵਮੈਂਟ ਆਈ ਹੈ ਹਰਿਆਣਾ ਚ ਮੈਂ ਕਹਿੰਦਾ ਵੀ ਮੂਵਮੈਂਟ ਬੜੀ ਅਗਰੈਸਿਵ ਹੈ ਅੱਜਕੱਲ ਅਗਰੈਸਿਵ ਹੈ ਜਿਹਨੂੰ ਅਸੀਂ ਨਹੀਂ ਚਾਹੁੰਦੇ ਮੂਵਮੈਂਟ ਪੀਸਫੁਲ ਰਹਿਣੀ ਚਾਹੀਦੀ ਹੈ ਅਗਰੈਸਿਵਨੈਸ ਵਾਇਲੈਂਸ ਕਿ ਤਰ੍ਹਾਂ ਕਿਤੇ ਨੁਕਸਾਨ ਕਰਦੀ ਜ਼ਰੂਰ ਹੈ ਇਹ ਹਰਿਆਣਾ ਸੰਕੋਚ ਕਰਨਾ ਚਾਹੀਦਾ ਪਰ ਉੱਥੇ ਲੋਕਾਂ ਦਾ ਗੁੱਸਾ ਬੀਜੇਪੀ ਦੇ ਖਿਲਾਫ ਹੈ ਪੰਜਾਬ ਵਿੱਚ ਬੀਜੇਪੀ ਹੈ ਨਹੀਂ ਬਹੁਤੀ ਤਾਂ ਉਹ ਕਰਦੇ ਨੇ ਜਿੰਨੇ ਉੱਥੇ ਮੂਵਮੈਂਟ ਹੁਣ ਚੜ ਰਹੀ ਹੈ ਇਹਨਾਂ ਦੇ ਵਿੱਚ ਕਰਨਾਲ ਦੀ ਘਟਨਾ ਹੋਈ ਹੈ ਇਸ ਨਾਲ ਲਾਜ਼ਮੀ ਸੈਂਟਰ ਦੇ ਬੀਜੇਪੀ ਨੂੰ ਪ੍ਰੈਸ਼ਰਾਈਜ਼ ਕਰਨਾ ਹੈ ਤਾਂ ਜਿੱਥੇ ਵੀ ਹੈ ਹਰਿਆਣਾ ਵਿੱਚ ਵੀ ਕਰਨਾ ਹੈ ਲੋਕਾਂ ਦੀ ਲਹਿਰ ਹੋਰ ਵਧਣੀ ਹੈ ਦਲੇ ਮੋਰਚੇ ਮਜ਼ਬੂਤ ਹੋਣਗੇ ਇਸ ਦਿਨ ਨਰਮਜ਼ੋਰ ਤਾਂ ਨਹੀਂ ਹੁੰਦੇ ਬਹੁਤ ਧੰਨਵਾਦ ਪ੍ਰੇਮ ਸਿੰਘ ਪੰਗੂ ਤੁਹਾਡਾ ਮਿਹਰਬਾਨੀ ਜੀ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਆਪਣੇ ਚੈਨਲ ਤੇ ਮੈਨੂੰ ਆਪਣੇ ਵਿਚਾਰ ਰੱਖਣ ਦਾ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਇਹ ਹਨ ਵਕੀਲ ਪ੍ਰੀਮ ਸਿੰਘ ਪੰਕੂ ਜਿਨ੍ਹਾਂ ਦਾ ਸਿਆਸੀ ਤੌਰ 'ਤੇ ਬਹੁਤ ਹੈ ਕਿਸਾਨ ਸੰਘਰਸ਼ਤਾ ਵੀ ਤੌਰ 'ਤੇ ਬਹੁਤ ਹੈ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਮੁਖੀ ਹੈ ਇਸ ਤੋਂ ਇਲਾਵਾ ਸਟੂਡੈਂਟ ਚੜੀ ਲੀਡਰਸ਼ਿਪ ਹੈ ਉਸ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਪ੍ਰੀਮ ਸਿੰਘ ਪੰਕੂ ਦੀਆਂ ਦਲੀਲਾਂ ਦੇ ਅਕੇ ਸਰਕਾਰ ਨੂੰ ਜਵਾਬ ਦੇਣੇ ਓਕੇ ਹੋਏ ਪਿਆ ਪਰ ਹੁਣ ਹਰ ਜਣਾ ਇਹ ਸਵਾਲ ਪੁੱਛਦਾ ਪਿਆ ਕਿ ਕਿਸਾਨ ਮੋਰਚਾ ਕਦੋਂ ਖਤਮ ਹੋਵੇਗਾ ਕਿਸਾਨ ਮੋਰਚਾ ਕਦੋਂ ਫਤਿਹ ਹਾਸਲ ਕਰੂਗਾ ਜਨ ਜਨ ਦਾ ਅੰਦੋਲਨ ਇਸ ਨੂੰ ਕਿਹਾ ਜਾ ਰਿਹਾ ਜਿਹੜੇ ਇਹਦੇ ਕਾਨੂੰਨ ਹੈਗੇ ਆ ਤਿੰਨ ਖੇਤੀ ਕਾਨੂੰਨ ਉਹਨਾਂ ਵਿੱਚ ਕੁਝ ਕਾਨੂੰਨ ਆ ਜਿਹੜੇ ਤੁਹਾਡੇ ਤੇ ਸਿੱਧਾ ਸਦਾ ਅਸਰ ਪਾਉਣਗੇ ਕੱਲੇ ਕਿਸਾਨਾਂ ਤੱਕ ਸੀਮਤ ਨਹੀਂ ਹੈਗੇ ਇਸ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਇਹ ਪਰ ਸਰਕਾਰ ਕਿ ਨਾ ਸਮਝਦੀ ਹੈ ਸਵਾਲ ਹੀ ਹੈ ਤੇ ਸਵਾਲ ਲਗਾਤਾਰ ਪੁੱਛੇ ਜਾਣੀ ਚਾਹੀਦੀ ਹੈ ਲੋਕਤੰਤ੍ਰਿਕ ਢੰਗ ਨਾਲ ਪੁੱਛੇ ਜਾਣੀ ਚਾਹੀਦੀ ਹੈ ਲੋਕ ਰਾਜ ਦੇ ਵਿੱਚ ਸਿਆਸੀ ਰੈਲੀਆਂ ਬੈਨ ਹੋਣੀ ਚਾਹੀਦੀ ਕਿ ਹੋਣ ਚਾਹੀਦੀਆਂ ਇਹ ਸਵਾਲ ਵੀ ਪੁੱਛਣੇ ਚਾਹੀਦੇ ਪਰ ਆਂਦਾ ਤਾਂ ਅਦਾਲਤ ਵਿੱਚ ਜੇ ਸਿਆਸੀ ਲੀਡਰ ਪਹੁੰਚਣ ਲੱਗ ਪਏ ਤਾਂ ਇਹ ਜਮਹੂਰੀਤ ਵੱਲ ਕਿਹੜੇ ਕਦਮ ਹੈ ਇਹ ਸਵਾਲ ਵੀ ਹੋਣੇ ਚਾਹੀਦੇ ਬਹੁਤ ਧੰਨਵਾਦ